ਥੋੜਾ ਥੋੜਾ ਪਿੱਛੇ ਨੂੰ ਪਿੱਛੇ ਨੂੰ ਪਿੱਛੇ ਨੂੰ ਹੋ ਜਾਓ ਕਿਉਂਕਿ ਆਹ ਸਾਹਮਣੇ ਕਹਿੰਦੇ ਝੋਟਾ ਬੁੱਕਦਾ ਹੀ ਆਉਣਾ ਘੋੜੀਆਂ ਚਿੱਟੀਆਂ ਤੇ ਗੱਡੀਆਂ ਕਾਲੀਆਂ ਤਾਮਾ ਜਾਮਾ ਵੀ ਬਾਹਲਾ ਕੈਮ ਹੈ ਛੋਟੀ ਉਮਰ ਚ ਗੱਭਰੂ ਦਾ ਨਾ ਚੱਲਦਾ ਚੋਬਰ ਅੱਜਕੱਲ ਪੂਰਾ ਕੈਮ ਹੈ 18 ਦੀ ਮਿਹਨਤ ਕਰਾਈ 19 ਚ ਫਿਰ ਮੈਂ ਜਿੰਨੂ ਹੱਥ ਪਾਇਆ ਹਮ ਸਾਰੇ ਚੁੱਕ ਤੇ ਸਾਰੇ ਚੋਕ ਸਾਰੇ ਚੋਕ ਤੇ ਹਾਥੀ ਨਹੀਂ ਕੋਈ ਚਿੰਦਾ ਦਰਿਆ ਤੌਣ ਤੇ ਕੋਡਾ ਪਾਏ ਲੰਗੋਟੀ ਹੱਥ ਸੁਮਿੰਦਰ ਕੋਹਾਲੀ ਆਪਣੀ ਕੁਸ਼ਤੀਆਂ ਲਈ ਵੀ ਮਸ਼ਹੂਰ ਹੈ ਤੇ ਸਾਲ ਦੇ ਵਿੱਚ ਦੋ ਦੋ ਤਿੰਨ ਦਿਨ ਗੱਡੀਆਂ ਬਦਲਣ ਲਈ ਵੀ ਮਸ਼ਹੂਰ ਹੈ ਪਹਿਲਾਂ ਤੇ ਸਾਈਕਲਾਂ ਤੇ ਹਾਂ ਕਾੜਿਆਂ ਨੂੰ ਜਾਂਦੇ ਫਿਰ ਮੈਂ ਮੋਟਰਸਾਈਕਲ ਤੇ ਵੀ ਛਿੰਝਾ ਵੰਦਾ ਰਿਆਂ ਅੱਛਾ ਫਿਰ ਉਸ ਤੋਂ ਬਾਅਦ ਦੇ ਵਿੱਚ ਲਾਣੂ ਗੱਡੀਆਂ ਆ ਗਈਆਂ ਤੇ ਬਾਬੇ ਦੀਆਂ ਮੇਹਰਾਂ ਦਾ ਮਿੱਤਰਾ ਇਲਾਕਾ ਸ਼ੇਰਾਂ ਦਾ ਬੱਲੇ ਬੱਲੇ ਹੋਵੇ ਉਹ ਨੂੰ ਕਹਿੰਦੇ ਤਰਮਿੰਦਰ ਉਹ ਨਾਂ ਤਰਮਿੰਦਰ ਤੇ ਅਖਾੜਾ ਕੋਹਾਲੀ ਮੁੰਡਾ ਘੋਲਦਾ ਏ ਐਸਾ ਜਿਵੇਂ ਚੱਲੇ 47 ਉਹ ਮਿੰਟਾਂ ਵਿੱਚ ਟਾਲੇ ਜਿਨੇ ਕੀਤੀ ਵਾਰੀ ਕਾਲੀ ਯਾਰਾਂ ਦਾ ਯਾਰ ਦੂਰ ਰੱਖੇ ਸਾਰੇ ਜਾਲੀ ਮਹਾਰਾਜ ਨੇ ਤੁਹਾਨੂੰ ਇੰਨਾ ਦਿੱਤਾ ਕਿ ਤੁਸੀਂ ਆਜ਼ਾਦੀ ਆਵਾਜ਼ ਮਾਰੀ ਤੇ ਗੱਡੀਆਂ ਦਾ ਕਾਫਲਾ ਮੁੰਡੇ ਹੀ ਮੁੰਡਿਆਂ ਨਾਲ ਤੁਹਾਡੇ ਵਾਸਤੇ ਇੰਨਾ ਉਹਨਾਂ ਦੇ ਮਨਾਂ 'ਚ ਪਿਆਰ ਹੈ ਕਿ ਪਹਿਲਵਾਨ ਉਹਨਾਂ ਨੇ ਆਵਾਜ਼ ਮਾਰੀ ਹੈ ਤਾਂ ਸਾਰੇ ਦੇਖੋ ਹਿੰਦੁਸਤਾਨ ਦਾ ਕੋਈ ਐਸਾ ਤਕੜਾ ਮਲ ਹੈ ਜਿਹੜਾ ਹਜੇ ਤੱਕ ਨਹੀਂ ਢਾਇਆ ਤੁਸੀਂ ਨਹੀਂ ਹੌਣ ਤੇ ਕੀ ਅਬ ਸਾਰਿਆਂ ਨਾਲ ਉਹ ਵੀ ਗਈਆਂ ਢਾਹ ਵੀ ਲਿਆ ਜਰੂ ਤੇਂਦਰ ਦੀਆਂ ਕਮੇਟੀਆਂ ਆ ਜਾਣ ਫਿਰ ਧਮਿੰਦਰ ਦਾ ਰੇਟ ਹਾਈ ਹੋ ਜਾਂਦਾ ਜਾਂ ਫਿਰ ਜਿਹੜਾ ਪਹਿਲਾਂ ਆ ਗਿਆ ਨਹੀਂ ਆਪਣਾ ਇਹ ਸਾਡਾ ਸੂਲਿਆ ਜਿਹਦੇ ਨਾਲ ਹੀ ਗੱਲ ਕਰ ਲਈ ਜਿੱਥੇ ਹਾਂ ਕਰਤੀ ਉਥੇ ਹੀ ਪਹੁੰਚਾਂ ਨੇ ਇਹ ਨਹੀਂ ਆ ਵੀ ਇਥੋਂ ਮੈਨੂੰ 50 ਕੀਤਾ ਦੂਜੀ ਕਮੇਟੀ ਆਈ ਤੇ ਮੈਨੂੰ ਕਵੇ ਵੀ ਅਸੀਂ ਲੇਲਾ ਲੱਖ ਲੇਲਾ ਇਦਾਂ ਹੋਇਆ ਵੀ ਕਈ ਿਆਰ ਅੱਛਾ ਕੁਸ਼ਤੀ ਵੱਜੀ ਹੈ 50 ਉਹ ਕਹਿੰਦੇ ਪੈਸੇ ਕਿੰਨੇ ਲੈਣੇ ਮੂੰਹ ਮੰਗੇ ਪੈਸੇ ਦਵਾਂਗੇ ਸਾਡੇ ਦੰਗਰ ਕਹਜਾ ਮਾ ਨਹੀਂ ਭਾਜੀ ਕੋਈ ਜ਼ਬਾਨ ਨਹੀਂ ਹਿੰਦੀ ਜ਼ਬਾਨ ਦਾ ਮੁੱਲ ਹੁੰਦਾ ਅਸਿਆਲ ਤੋਂ ਬਾਅਦ ਚ ਆਪਾਂ ਪੂਰੀ ਧੂਪ ਆਵਾਂਗੇ ਵਧੀਆ ਕੁਸ਼ਤੀਆਂ ਟੌਪ ਦੀਆਂ ਅੱਛਾ ਜਿਹੜੀ ਕਿਸੇ ਨੂੰ ਵਹਿਮ ਵੀ ਹੀ ਉਹ ਵੀ ਸਾਰੇ ਦੂਰ ਕਰ ਦਾਂਗੇ ਹਮਮ ਧਰਮਿੰਦਰ ਤੇ ਧਰਮਿੰਦਰ ਹੀ ਹੈ ਕਿਉਂਕਿ ਜ਼ਿੰਦਗੀ ਦੇ ਵਿੱਚ ਇਹ ਵੀ ਨਹੀਂ ਆ ਵੀ ਬੰਦਾ ਪੈਸਾ ਕਮਾ ਲੇ ਤੇ ਸ਼ੌਂਕ ਉਹਨਾ ਪੂਰੇ ਕਰੇ ਹੁਣ ਕਈਆਂ ਤੋਂ ਪੈਸਾ ਸ਼ੌਂਕ ਹੀ ਕੋਈ ਨਹੀਂ ਉੱਥੇ ਘਰੇ ਬੈਠੇ ਰਹਿਣਾ ਕੋਈ ਫਾਇਦਾ ਨਹੀਂ ਜੇ ਠੀਕ ਹੈ ਜੇ ਰੱਬ ਨੇ ਦਿੱਤਾ ਤੇ ਉਹਨੂੰ ਵਰਤੋ ਇਹ ਨਹੀਂ ਵੀ ਪੈਸਾ ਜੋੜੀ ਜਾਓ ਜੋੜੀ ਜਾਓ ਬੰਦੀ ਦਾ ਇੱਕ ਮਿੰਟ ਦਾ ਯਕੀਨ ਨਹੀਂ ਹੁਣ ਮੈਂ ਜੋ 2018 ਤੋਂ ਤਕੜਾ ਆ ਹਰ ਸਾਲ ਮੇਰੇ ਨਾਲ ਦੋ ਤਿੰਨ ਮੁੰਡੇ ਆਉਂਦੇ ਰਹੇ ਪਰ ਅਗਲੇ ਸਾਲ ਲੱਭੇ ਹੀ ਨਹੀਂ ਹਮ ਕਿੱਥੇ ਗਏ ਜਿਹੜਾ ਕੋਈ 10 ਸਾਲ ਪਾ 12 ਪਲਵਾਨੀ ਕਰੇ ਇੱਕ ਨੰਬਰ 'ਚ ਪਲਵਾਨ ਹੋਊਗਾ ਇੱਕ ਦੋ ਵਾਰ ਵੀ ਕਹਾਣੀਆਂ ਸੁਣਨ ਨੂੰ ਮਿਲੀਆਂ ਵੀ ਖਾੜੇ 'ਚ ਕੁਸ਼ਤੀ ਹਾਰ ਗਏ ਤੇ ਅਗਲੇ ਨੂੰ ਸਿੱਧੀ ਵੀ ਖਾੜੋਂ ਬਾਹਰ ਮੈਂ ਤੁਹਾਨੂੰ ਦੱਸਾਂਗੇ ਇਦਾਂ ਵੀ ਹੋਈਆਂ ਨਹੀਂ ਸਾਡੇ ਨਾਲ ਨਹੀਂ ਆਇਆ ਉਦਾਂ ਕਈ ਵਾਰ ਹੋਰਦੇ ਨੂੰ ਕਹਿ ਵੀ ਦਿੰਦੇ ਆ ਵੀ ਤੈਨੂੰ ਵੇਖ ਲਾਂਗੇ ਸਸਰੇ ਕਾਲ ਤੁਸੀਂ ਜੁੜਿਓ ਅਖਰ ਦੇ ਨਾਲ ਤੇ ਮੈਂ ਆ ਕਰਨ ਲੈ ਕੇ ਹਾਜ਼ਰ ਆਂ ਤੁਹਾਡੀ ਪਸੰਦੀਦਾ ਸੀਰੀਜ਼ ਚੋਬਰ ਦਰਸ਼ਨੀ ਤੇ ਅੱਜ ਅਸੀਂ ਪਹੁੰਚੇ ਆ ਤਰਮਿੰਦਰ ਕਹਾਲੀ ਉਹਨਾਂ ਦੇ ਕੋਲੇ ਪੰਜਾਬ ਦਾ ਬਹੁਤ ਵੱਡਾ ਮਾਲ ਐ ਤੇ ਅੱਜ ਦੇ ਸਮੇਂ 'ਚ ਬਾਈ ਦੀ ਡਿਮਾਂਡ ਵੀ ਬੜੀ ਐ ਬਾਈ ਸਤਿ ਸ਼੍ਰੀ ਅਕਾਲ ਅਕਰ ਤੇ ਤੁਹਾਡਾ ਸਵਾਗਤ ਐ ਹੋਰ ਕਿਵੇਂ ਹੋ ਤੁਹਾਡਾ ਜੀ ਸਿਹਤ ਕਿਵੇਂ ਐ ਸਿਹਤ ਬਿਲਕੁਲ ਵਧੀਆ ਠੀਕ ਐ ਜੀ ਜਿਵੇਂ ਮੈਂ ਸ਼ੁਰੂ 'ਚ ਕਿਹਾ ਕਿ ਪੰਜਾਬ ਦੇ ਸਭ ਤੋਂ ਵੱਧ ਡਿਮਾਂਡਡ ਜਿਹੜਾ ਪਹਿਲਵਾਨ ਰੈਸਲਰ ਤਰਮਿੰਦਰ ਕਹਾਲੀ ਕੋਈ ਕੋਈ ਖਾੜਾ ਦੇਖ ਲੋ ਤਰਮਿੰਦਰ ਉੱਥੇ ਹੁੰਦਾ ਹੀ ਐ ਹਾਂ ਜੀ ਹਾਂ ਜੀ ਐਡੀ ਡਿਮਾਂਡ ਕਿਵੇਂ ਬਾਈ ਇਹ ਐ ਵੀ ਇੱਕ ਤੇ ਆਪਾਂ ਕੁਸ਼ਤੀ ਦਾ ਰਿਜ਼ਲਟ ਦਿੰਨੇ ਆ ਹੂੰ ਫਿਰ ਫਿਰ ਆਪਾਂ ਵੀ ਜੇ ਕੋਈ ਲਾਲੋ ਜਿੱਦਾਂ ਈਰਾਨ ਦੇ ਪਲਵਾਨ ਆ ਹਰ ਕਿਸੇ ਨਾਲ ਕੁਸ਼ਤੀ ਲੜਦੇ ਆ ਤੇ ਤਾਂ ਕਰਕੇ ਲੋਕ ਪਸੰਦ ਕਰਦੇ ਆ ਹੂੰ ਇੱਕ ਲੜਦੇ ਕਾਂਟਾ ਲੜਦੇ ਕਾਂਟਾ ਹਾਂ ਇਹ ਬੜੀ ਵੱਡੀ ਗੱਲ ਆ ਬਾਈ ਕਿ ਜਿਹੜੀ ਤੁਹਾਡੀ ਕੁਸ਼ਤੀ ਹੁੰਦੀ ਆ ਬੜੀ ਫਾਸਟ ਚੱਲਦੀ ਆ ਉਹ ਹਾਂਜੀ ਮਤਲਬ ਪਟਾਕੇ ਪੈਂਦਾ ਕੁਸ਼ਤੀ 'ਚ ਹਾਂਜੀ ਉਹ ਫਿਰ ਜਿੱਦਾਂ ਨਾ ਮੈਂ ਖੁਦ ਵੀ ਟੈਗ ਟੂ ਕਰਦਾ ਵਾਂ ਤੇ ਫੜ ਨਿਕਲ ਹੁੰਦੀ ਆ ਤੇ ਕੁਸ਼ਤੀ ਫਾਸਟ ਤਾਂ ਕਰਕੇ ਵਧੀਆ ਚੱਲਦੀ ਹੂੰ ਅਸਰ ਬਾਈ ਇੱਕ ਗੱਲ ਆ ਵੀ ਅੱਜ ਦੀ ਡੇਟ 'ਚ ਸਾਰੇ ਵੇਖਦੇ ਆ ਤਰਮਿੰਦਰ ਕਹਾਲੀ ਤਰਮਿੰਦਰ ਕਹਾਲੀ ਚੜਤ ਐ ਪੂਰੀ ਹੈਨਾ ਫੋਲੋ ਵੀ ਕਰਦੇ ਆ ਲੋਕ ਕਮੈਂਟ ਵੀ ਕਰਦੇ ਕਿ ਬਾਈ ਦਾ ਫੈਨ ਆ ਮੈਂ ਫਲਾਂ ਤੋਂ ਕਾ ਸਾਰੀਆਂ ਚੀਜ਼ਾਂ ਦੇਖ ਰਹੇ ਆ ਤਰਮਿੰਦਰ ਕਹਾਲੀ ਨੂੰ ਇਹ ਮਕਾਮ ਵਾਸਤੇ ਕਿੰਨਾ ਕ ਸੰਘਰਸ਼ ਕਰਨਾ ਪਿਆ ਸ਼ੁਰੂਆਤ ਕਿੱਥੋਂ ਹੁੰਦੀ ਮੈਂ ਸ਼ੁਰੂਆਤ ਜਿੱਦਾਂ ਲਾ ਲਓ ਸਾਡੇ ਪਿੰਡ ਦੇ ਲਾਗੇ ਖਾੜਾ ਸੀ ਸੁਰਸਿੰਘ ਤੇ ਉੱਥੋਂ ਸ਼ੁਰੂਆਤ ਕੀਤੀ ਹੂੰ 4 ਸਾਲ ਉੱਥੇ ਕਰਦਾ ਰਿਹਾ ਉਸ ਤੋਂ ਬਾਅਦ ਮੈਂ ਖਵਾਲੀ ਆ ਗਿਆ ਹੂੰ ਤੇ ਮਤਲਬ ਵੀ ਤਗੜਾ ਤੇ ਮੈਂ ਬੜੀ ਛੋਟੀ ਉਮਰ ਚ ਹੋ ਗਿਆ ਵੀ ਸਭ ਤੋਂ ਛੋਟੀ ਉਮਰ ਚ ਤਗੜਾ ਆਣ ਵਾਲਾ ਜੇ ਹੈਗਾ ਤੇ ਮੈਂ ਹੀ ਆ ਬਾਕੀ ਇਹ ਵੀ ਮੇਰਾ ਧਿਆਨ ਬਹੁਤ ਜ਼ਿਆਦਾ ਇੱਧਰ ਤੇ ਸੰਘਰਸ਼ ਮੈਂ ਪੂਰਾ ਕੀਤਾ ਆਪ ਵੀ ਜਾ ਕੇ ਮੰਨ ਲਓ ਵੀ ਮੋਟਰਸਾਈਕਲਾਂ ਤੋਂ ਤੁਰੇ ਆ ਤੇ ਗੱਡੀਆਂ ਤੇ ਆ ਗਏ ਆ ਹਰ ਜਗ੍ਹਾ ਤੇ ਮਤਲਬ ਵੀ ਔਖੇ ਹੋ ਕੇ ਪਹੁੰਚ ਹੋਏ ਆ ਜਿੱਦਾਂ ਸੌਖੇ ਹੋ ਕੇ ਗਏ ਆ ਤੇ ਅੱਜ ਪਰ ਪਹੁੰਚ ਗਏ ਆ ਅੱਜ ਪਰ ਪਹੁੰਚ ਗਏ ਹਾਂ ਜੀ ਮੋਟਰਸਾਈਕਲਾਂ ਤੋਂ ਦੌਰ ਸੀ ਮੋਟਰਸਾਈਕਲਾਂ ਵਾਲਾ ਹਾਂ ਸਾਈਕਲਾਂ ਵਾਲਾ ਪਹਿਲਾਂ ਤੇ ਸਾਈਕਲਾਂ ਤੇ ਹਾਂ ਖਾੜਿਆਂ ਨੂੰ ਜਾਂਦੇ ਫਿਰ ਮੈਂ ਮੋਟਰਸਾਈਕਲ ਤੇ ਵੀ ਛੰਜਾ ਵੇਂਦਾ ਰਿਆਂ ਅੱਛਾ ਫਿਰ ਉਸ ਤੋਂ ਬਾਅਦ ਦੇ ਵਿੱਚ ਲਾ ਲੋ ਗੱਡੀਆਂ ਆ ਗਈਆਂ ਫਿਰ ਲੋਕ ਕਦੀ ਐ ਹੋਇਆ ਕਿ ਕਿਸੇ ਛੰਜ ਚ ਗਏ ਤੇ ਕੁਸ਼ਤੀ ਨਾ ਹੋਈ ਅੰਗਲੇ ਨੇ ਕਰਾਈ ਨਹੀਂ ਕਿਉਂਕਿ ਨਾ ਨਹੀਂ ਸੀ ਏਡਾ ਹਾਂਜੀ ਕਈ ਜਗ੍ਹਾ ਤੇ ਇਦਾਂ ਵੀ ਹੋ ਗਿਆ ਕੁਸ਼ਤੀ ਤੋਂ ਬਗੈਰ ਵੀ ਮੋੜ ਆਏ ਹਾਂ ਕਈ ਯਾਰ ਇਹ ਵੀ ਹੋ ਜਾਂਦਾ ਜਿੱਦਾਂ ਲਾ ਲੋ ਵੀ ਕੋਈ ਇਗਨੋਰ ਵੀ ਕਰ ਦਿੰਦਾ ਹੈ ਤੇ ਪਰ ਇਦਾਂ ਵੀ ਜੇ ਲੋ ਆਪਾਂ ਲੱਗੇ ਰਹੇ ਅੱਜ ਸਹੀ ਐ ਸਾਰਾ ਸਭ ਮੰਨੂ ਤਸੱਲੀ ਆ ਵੀ ਜਿਨ੍ਹਾਂ ਨੇ ਕੁਸ਼ਤੀ ਨਹੀਂ ਸੀ ਕਰਾਈ ਕਿਸੇ ਸਮੇਂ ਅੱਜ ਉਥੋਂ ਹੀ ਪਟਕੇ ਜੈਤਰ ਹਾਂਜੀ ਅੱਜ ਉਹ ਫੋਨ ਕਰਦੇ ਆ ਵੀ ਆਪਣੇ ਦੰਗਲ ਚ ਆਉਣਾ ਹੀ ਆਉਣਾ ਹੂੰ ਖੁਸ਼ੀ ਤੇ ਹੁੰਦੀ ਐ ਫਿਰ ਖੁਸ਼ੀ ਹੁੰਦੀ ਐ ਤੁਹਾਡਾ ਪਿੰਡ ਬੜਾ ਇਤਿਹਾਸਿਕ ਹਾਂਜੀ ਆਪਣਾ ਪਿੰਡ ਐ ਜਿਹੜਾ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦੇ ਆ ਉੱਥੇ ਦਾ ਹੂੰ ਤੇ ਬਾਬਾ ਜੀ ਕਰਕੇ ਹੀ ਕਿਰਪਾ ਸਾਰੀ ਉਹਨਾਂ ਦੇ ਹੱਥ ਆ ਲਾਲੋ ਉੱਥੇ ਆਪਾਂ ਮੱਥਾ ਟੇਕਦੇ ਆਂ ਸੇਵਾ ਕਰਦੇ ਆਂ ਤੇ ਉਹਨਾਂ ਦਾ ਹੀ ਓਟ ਆਸਰਾ ਲੈ ਕੇ ਚੱਲਦੇ ਆਂ ਤੇ ਆਪਣੀ ਚੜ੍ਹਾਈ ਆ ਚੜ੍ਹਾਈ ਆ ਹਾਂਜੀ ਰੱਬ ਤੇ ਯਕੀਨ ਹੈ ਹਾਂਜੀ ਰੱਬ ਤੇ ਯਕੀਨ ਹੈ ਕਿਉਂਕਿ ਭਾਜੀ ਇੱਕ ਗੱਲ ਇਹ ਵੇਖਿਓ ਜ਼ਿੰਦਗੀ ਚ ਹਰ ਬੰਦੇ ਦੇ ਕਰਮ ਹੁੰਦੇ ਆ ਹੂੰ ਤੇ ਇੱਕ ਉਹਦੇ ਮਾਂ ਪਿਓ ਦੇ ਕਰਮ ਹੁੰਦੇ ਆ ਹੂੰ ਫਿਰ ਮੰਨ ਲਓ ਵੀ ਉਹਦੇ ਮਾਂ ਪਿਓ ਨੇ ਚੰਗੇ ਕਰਮ ਕੀਤੇ ਆ ਗਾਂ ਬੰਦੇ ਦੀ ਨੀਤ ਸਾਫ ਆ ਉਹਨੂੰ ਸਭ ਕੁਝ ਮਿਲਦਾ ਹੂੰ ਤੇ ਨਾ ਕੋਈ ਕਿਸੇ ਨੂੰ ਦੇ ਸਕਦਾ ਨਾ ਕਿਸੇ ਦਾ ਕੋਈ ਖੋ ਸਕਦਾ ਜੇ ਲਾ ਲਓ ਇਦਾਂ ਹੋਵੇ ਫਿਰ ਤੇ ਤਕੜਾ ਬੰਦਾ ਮਾੜੀ ਨੂੰ ਤਕੜਾ ਹੋਣੀ ਨਾ ਦਵੇ ਹੂੰ ਇਹ ਬੰਦੇ ਨੂੰ ਰੱਬ ਹੀ ਦੇਣ ਵਾਲਾ ਜੋ ਦੇ ਲੇਖਾਂ ਚ ਲਿਖਿਆ ਉਹ ਤੋਂ ਮੰਗੋ ਉਹਦੀ ਰੱਬ ਦੇ ਅੱਗੇ ਛੁਗਰ ਕਰੋ ਕਿਸੇ ਦਾ ਮਾੜਾ ਨਾ ਸੋਚੋ ਨਾ ਕਿਸੇ ਦਾ ਮਾੜਾ ਕਰੋ ਹੂੰ ਆਪਣਾ ਕੋਹ ਵੀ ਸਰ ਸਰ ਕਿਸੇ ਦਾ ਭਲਾ ਹੋਵੇ ਸਾਨੂੰ ਜੋ ਸਾਡੇ ਕਰਮਾਂ ਚ ਲਿਖਿਆ ਮਿਲੇ ਆਪੋ ਆਪਣੀ ਮਿਹਨਤ ਕਰੋ ਜੇ ਬੰਦਾ ਸੱਚੀ ਨੀਤ ਨਾਲ ਲੱਗਾ ਉਹ ਕਾਮਯਾਬ ਹੋਊ ਹੋ ਹੂੰ ਜੇ ਇਹ ਨਹੀਂ ਆ ਕਿ ਜੇ ਉਹ ਬੰਦਾ ਰਹਿ ਗਿਆ ਪਲਵਾਨ ਨਹੀਂ ਬਣ ਸਕਿਆ ਕਿਉਂਕਿ ਹਰ ਕਿਸੇ ਪਲਵਾਨ ਬਣ ਨਹੀਂ ਜਾਣਾ ਜੇ ਨਹੀਂ ਵੀ ਬਣ ਸਕਿਆ ਉਹ ਜ਼ਿੰਦਗੀ 'ਚ ਉਹਨੇ ਮਿਹਨਤ ਦਾ ਫਲ ਸੱਚੀ ਦਾ ਮਿਲਣਾ ਸੱਚਾ ਰਿਹਾ ਭਾਵੇਂ ਉਹ ਸੈੱਟ ਕਿਤੇ ਵੀ ਜ਼ਿੰਦਗੀ 'ਚ ਵਧੀਆ ਸੈੱਟ ਹੋ ਜਾਊਗਾ ਤੇ ਉਹ ਕਹੂਗਾ ਹਾਂ ਵੀ ਮੈਂ ਮਿਹਨਤ ਕੀਤੀ ਸੀ ਤੇ ਮੈਨੂੰ ਮਾਰਾ ਹੀ ਨੇ ਫਲ ਜ਼ਰੂਰ ਦੇ ਦੇ। ਮਤਲਬ ਕਿਸੇ ਨਾ ਕਿਸੇ ਰੂਪ 'ਚ ਫਲ ਮਿਲੂਗਾ। ਹਾਂਜੀ ਜ਼ਰੂਰ। ਕਿੱਦਾਂ ਮਿਲ ਜੇ ਭਾਵੇਂ ਕੋਈ ਜੋਬ ਕੋਈ ਬਾਹਰ ਸੈੱਟ ਹੋ ਜਾਂਦਾ ਕੋਈ ਇਦਾਂ। ਸਭ ਤੋਂ ਛੋਟੀ ਉਮਰ 'ਚ ਸਭ ਤੋਂ ਵੱਧ ਤਕੜੇ ਹੋਣ ਵਾਲਾ ਤਰਮਿੰਦਰ ਕਹੜੀ ਯਾਨੀ ਤੁਸੀਂ ਹੋ। ਹਾਂਜੀ। ਆਪਣੀ ਉਮਰ ਤੋਂ ਮਤਲਬ ਦੁੱਗਣੀ ਉਮਰ ਵਾਲੇ ਟਾਲੇ ਵੱਡੇ ਵੱਡੇ ਟਾਲੇ। ਹਾਂਜੀ ਹਾਂਜੀ। ਇਹ ਇਹ ਕਿਵੇਂ ਹੋ ਗਿਆ? ਇਹ ਜਿੱਦਾਂ ਲਾ ਲਓ ਵੀ ਮਹਾਰਾਜ ਦੇ ਹੱਥ ਲਾ ਲਓ ਵੀ ਬੜੀ ਛੇਤੀ ਜਿੱਦਾਂ ਨਾ ਮੈਨੂੰ ਵੀ ਨਹੀਂ ਪਤਾ ਲੱਗਾ ਵੀ ਮਿੰਟੋ ਮਿੰਟੀ ਵੀ ਜਿਵੇਂ ਰਾਤੋਂ ਦਿਨੇ ਨਹੀਂ ਬੰਦਾ ਤਗੜਾ ਹੁੰਦਾ ਐਦਾਂ ਮੈਂ ਤਗੜਾ ਆਇਆ ਪਾਜੀ ਹਾਂਜੀ ਤੁਸੀਂ ਤਾਂ ਕਹਿੰਦੇ ਹੋ ਕਿ ਮੇਰੇ ਤੇ ਵਾਇਗਰੂ ਨੇ ਕਿਰਪਾ ਕੀਤੀ ਮੈਂ ਤਗੜਾ ਹਾਂ ਹਾਂਜੀ ਕਹਾਂ ਨਾਲ ਇਹਦਾ ਕਹਿੰਦੇ ਵੀ ਧਮਿੰਦਰ ਨੇ ਉਦੋਂ ਸਮਾਨ ਹੀ ਵਾੜਾ ਲਾਇਆ ਸੀਗਾ ਠੀਕ ਹੈ ਵਾੜੇ ਲਾਣ ਦੇ ਉਹ ਪਾਜੀ ਮੈਂ ਤੁਹਾਨੂੰ ਦੱਸਦਾ 2018 ਚ ਜਦੋਂ ਮੈਂ ਹੋਇਆ ਤਗੜਾ ਹੂੰ ਤੇ ਉਹ ਗੱਲਾਂ ਦੇ ਹਮੇਸ਼ਾ ਵੇਖ ਲੋ ਵੀ ਆਪਣੇ ਬੰਦੇ ਕਰਦੇ ਆ ਬਾਹਰ ਦਾ ਕੋਈ ਨਹੀਂ ਕਰਦਾ ਉਹ ਕਹਿੰਦੇ ਇਹ ਇੰਨੇ ਤੇ ਸਮਾਨ ਵਾਲਾ ਕਰ ਲਿਆ ਜੇ ਵੇਖੀ 18 ਤੋਂ ਬਾਅਦ ਇਹ ਸਿਆਲ ਤੋਂ ਬਾਅਦ ਚ ਲੱਭਣਾ ਹੀ ਨਹੀਂ ਹੂੰ ਉਹ ਮੈਂ ਤੇ ਅਜੇ ਵੀ ਉੱਥੇ ਆ ਉਹ ਲੱਭੇ ਹੀ ਨਹੀਂ ਪਤਾ ਨਹੀਂ ਕਿੱਥੇ ਚੱਲ ਗਏ ਜਿਹੜੇ ਮੈਨੂੰ ਕਹਿੰਦੇ ਲੱਭਣਾ ਨਹੀਂ ਹੂੰ ਇਹ ਲੱਤਾਂ ਖਿੱਚਣ ਵਾਲੇ ਮਤਲਬ ਜਿਹੜੇ ਐਂ ਬੰਦੇ ਦਾ ਹੌਸਲਾ ਡਿੱਗਦਾ ਹੈ ਜਦੋਂ ਐ ਆਪਣੇ ਬਾਰੇ ਗੱਲ ਸੁਣਦੇ ਆ ਤਾਂ ਹਾਂਜੀ ਭਾਜੀ ਕਿਉਂਕਿ ਜਿਹੜਾ ਆਪਣਾ ਬੰਦਾ ਗੱਲ ਕਰਦਾ ਨਾ ਦੋਖੋ ਦਾ ਹੁੰਦਾ ਬਾਹਰ ਆਲੇ ਆਪਾਂ ਕੋਈ ਗੱਲ ਕਰ ਵੀ ਦਊ ਆਪਾਂ ਨੂੰ ਕੋਈ ਦੁੱਖ ਨਹੀਂ ਹੂੰ ਪਰ ਦੁਨੀਆ ਕੀ ਆ ਜੇ ਗੁੱਡੀ ਚੜੀ ਆ ਹੂੰ ਤੇ ਆਪਣੇ ਪਿੱਛੇ ਆ ਜਿੱਦਨ ਗੁੱਡੀ ਉੱਤਰ ਗਈ ਆਪਣੇ ਪਿੱਛੇ ਕੋਈ ਨਹੀਂ ਉਹ ਬੰਦੇ ਆਪਣੇ ਨਾਲ ਖੜੇ ਉਹ ਦੂਜੇ ਬੰਦੇ ਹੋਿੰਦੇ ਨਹੀਂ ਯਾਰ ਇਹਨਾਂ ਦੇ ਗਰੀਬ ਇਹ ਨਹੀਂ ਹੈਗੇ ਇਹ ਨਹੀਂ ਕਾਹੇ ਜੋਗੇ ਕੁਝ ਵੀ ਹੈ ਦੇਖ ਲੈ ਇਹੋ ਜਿਹੇ ਬੰਦੇ ਤੁਸੀਂ ਹਾਂ ਸਾਡੇ ਨਾਲ ਲਾ ਲੋ ਵੀ ਜਿੰਨਾ ਆਪਾਂ ਅਹੀਂ ਖੜੇ ਕੀਤੇ ਆ ਹੂੰ ਉਹ ਵੀ ਜਿੱਦਾਂ ਲਾ ਲੋ ਇਹ ਵੀ ਸਾਡੇ ਖਿਲਾਫ ਆ ਜਿਹੜੇ ਸਾਡੇ ਨਾਲ ਹੀ ਜਿਹੜੇ ਮਾੜਾ ਜਿਹਾ ਅਸੀਂ ਥੱਲੇ ਹੋਏ ਤੇ ਉਹ ਲੋਕਾਂ ਨੂੰ ਗੱਲਾਂ ਕਰ ਲਾ ਪਏ ਉਹ ਨਹੀਂ ਹੁਣ ਇਹ ਨਹੀਂ ਇਹ ਤਾਂ ਖਤਮ ਹੋ ਗਿਆ ਜੂ ਤੇ ਦੱਸਣ ਵਾਲੇ ਤੇ ਦੱਸਦੇ ਆ ਮਹਾ ਵੀ ਹੁਣ ਭਾਜੀ ਐ ਕਿ ਮੇਰੇ ਸਾਟ ਇਹ ਹੂੰ ਤੇ ਮੈਂ ਥੋੜਾ ਡਾਊਨ ਰਿਆ ਹੁਣ ਕੋਈ ਕਹਿੰਦੇ ਇਹ ਖਤਮ ਹੋ ਗਿਆ ਕੋਈ ਕਹਿੰਦਾ ਕੁਝ ਹੋ ਗਿਆ ਤੇ ਮਹਾ ਵੀ ਕੋਈ ਚੱਕਰ ਨਹੀਂ ਆ ਇਹ ਮੈਂ ਕਹਿੰਨਾ ਵੀ ਬੰਦੇ ਦੇ ਮਾੜਾ ਤੇ ਚੰਗਾ ਟਾਈਮ ਆਉਣਾ ਚਾਹੀਦਾ ਹੈ ਮਾੜੇ ਟਾਈਮ 'ਚ ਉਹਨੂੰ ਬੰਦੇ ਦਾ ਇਹ ਤੇ ਪਤਾ ਲੱਗ ਜਾਂਦਾ ਵੀ ਮੇਰੇ ਨਾਲ ਖੜੇ ਕਿਹੜੇ ਕਿਹੜੇ ਹੂੰ ਕਿਉਂਕਿ ਗੱਲਾਂ ਸਾਰੇ ਕਰੀ ਜਾਂਦੇ ਆ ਜਿੱਦਣ ਚੜ੍ਹਾਈ ਆ ਨਾ ਉਸ ਦਿਨ ਆਪਾਂ ਨੂੰ ਕੁਝ ਪਤਾ ਨਹੀਂ ਲੱਗਦਾ ਉਸ ਦਿਨ ਜਿਹੜਾ ਉਹ ਵੀ ਆਪਣੇ ਪਿਛੇ ਹਰ ਬੰਦਾ ਆਪਣੇ ਪਿਛੇ ਹੋਊਗਾ ਜੇ ਆਪਾਂ ਕੋਈ ਗਲਤ ਵੀ ਕੰਮ ਕਰਾਂਗੇ ਨਾ ਤੇ ਉਹਨੇ ਇਹ ਕਹਿਣਾ ਵੀ ਨਹੀਂ ਇਹ ਠੀਕ ਹੀ ਹੁੰਦਾ ਹੈ ਨਹੀਂ ਨਹੀਂ ਠੀਕ ਹੀ ਹੈ ਜਦੋਂ ਚੰਗਾ ਸਮਾਂ ਉਹਦਾ ਤੁਹਾਡਾ ਝੂਠ ਵੀ ਸੱਚ ਹਾਂ ਝੂਠ ਵੀ ਸੱਚ ਹੈ ਤੇ ਜਦੋਂ ਲਾ ਲੋ ਆਪਣੀ ਗੱਡੀ ਉਤਰ ਗਈ ਠਾਣ ਲੱਪੇ ਉਸ ਦਿਨ ਫਿਰ ਆਪਣੇ ਵੀ ਜਾ ਕੇ ਗੱਲਾਂ ਕਰਦੇ ਆ ਹੂੰ ਫਿਰ ਉਹ ਜਦੋਂ ਆਪਾਂ ਨੂੰ ਕੋਈ ਬਾਹਰੋਂ ਦੱਸਦਾ ਫਿਰ ਆਖੀਦਾ ਵੀ ਨਹੀਂ ਆਪਾਂ ਗੱਲਾਂ ਦਾ ਗੱਲਾਂ ਦਾ ਜਵਾਬ ਨਹੀਂ ਮੈਦਾਨ 'ਚ ਹੀ ਜਵਾਬ ਦੇਵਾਂਗੇ ਦੇਤਾ ਮੈਦਾਨ ਚ ਹਾਂ ਦੇਤਾ ਕਰਕੇ ਵਿਖਾਵਾਂਗੇ ਅੱਗੇ ਹੋਰ ਵੀ ਵੀ ਖੜੇ ਆ ਮੈਦਾਨ ਚ ਇਹ ਗੱਲਾਂ ਕਰਨਾ ਕਿਉਂਕਿ ਹਮੇਸ਼ਾ ਗੱਲਾਂ ਉਹ ਕਰਦਾ ਏ ਜਿੰਨੇ ਆਪ ਕੁਝ ਨਹੀਂ ਕਰਨਾ ਜਿੰਨੇ ਕਰਨਾ ਵੇ ਉਹ ਤੋਂ ਗੱਲਾਂ ਕਰਨ ਲਈ ਟਾਈਮ ਨਹੀਂ ਹੈਗਾ ਲੋਕਾਂ ਦਾ ਵੀ ਲੋਕਾਂ ਦਾ ਵੇਂਦਾ ਫਿਰੇ ਤਾਂ ਏ ਠਾਂ ਏ ਉਹਨੂੰ ਤੇ ਆਪਣਾ ਹੁੰਦਾ ਹੂੰ ਤੇ ਪਰ ਕੀ ਏ ਵੀ ਗੱਲਾਂ ਦਾ ਗੱਲਾਂ ਨਾਲ ਨਹੀਂ ਜਵਾਬ ਗੱਲਾਂ ਦਾ ਮੈਦਾਨ ਚ ਜਵਾਬ ਦੋ ਮੈਦਾਨ ਚ ਖੜੇ ਅਜੇ ਤਾਂ ਤੀਰ ਕਮਾਨ ਦੇ ਵਿੱਚ ਆ ਕੁਝ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਖੜੇ ਆ ਸਭ ਕੁਝ ਵੇਖੋ ਸਭ ਕੁਝ ਕਰਕੇ ਵਿਖਾਵਾਂਗੇ ਨਹੀਂ ਦੇਖ ਰਿਆਂ ਭਾਈ ਆਪਾਂ 4-5 ਸਾਲ ਹੋ ਗਏ ਮੈਂ ਇੱਕ ਗੱਲ ਤਾਂ ਤੁਹਾਡੀ ਪ੍ਰਸ਼ੰਸਾ ਹੈ ਕਿ ਲਗਾਤਾਰ ਆਪਣੀ ਗੁੱਡੀ ਚੜਾ ਕੇ ਰੱਖਣੀ ਪਹਿਲੀਆਂ ਜੋੜਨਾ ਚ ਰਹਿਣਾ ਹਾਂਜੀ ਇਹ ਵੀ ਆਪਣੇ ਆਪ ਚ ਪ੍ਰਾਪਤੀ ਹੈ ਭਾਈ ਕੀ ਹੁੰਦਾ ਹੈ ਵੀ ਕਿਸੇ ਵੀ ਚੀਜ਼ ਤੇ ਮਕਾਮ ਤੇ ਪਹੁੰਚਣਾ ਨਾ ਚਾਹ ਤਗੜਾ ਵੀ ਬੰਦਾ ਹੋਣਾ ਉਹ ਹੋ ਜਾਂਦਾ ਹੈ ਹੂੰ ਉਥੇ ਮੇਨਟੇਨ ਰਹਿਣਾ ਉਥੇ ਆਪਣੇ ਆਪ ਨੂੰ ਖਿਲਾਰਨਾ ਉਹ ਸਭ ਤੋਂ ਔਖਾ ਹੈ ਹੂੰ ਹੁਣ ਮੈਂ ਜੋ 2018 ਤੋਂ ਤਗੜਾ ਆ ਹਰ ਸਾਲ ਮੇਰੇ ਨਾਲ 2-3 ਮੁੰਡੇ ਆਉਂਦੇ ਰਹੇ ਪਰ ਅਗਲੇ ਸਾਲ ਲੱਭੇ ਹੀ ਨਹੀਂ ਹੂੰ ਕਿੱਥੇ ਗਏ ਜਿਹੜਾ ਕੋਈ 10 ਸਾਲ 12 ਪਲਵਾਨੀ ਕਰੇ ਇੱਕ ਨੰਬਰ 'ਚ ਪਲਵਾਨ ਹੋ ਆ। ਹੂੰ। ਵੀ ਨਹੀਂ ਠੀਕ ਹੈ ਜੀ ਇਹ ਖਲੋਤਾ। ਹੂੰ। ਤੇ ਜੇ ਅੱਜ ਆਇਆ ਤੇ ਕੱਲ ਲੱਭਾ ਹੀ ਨਹੀਂ ਤੇ ਫਿਰ ਕੀ ਪਤਾ ਕਿਸੇ ਨੂੰ ਵੀ ਆਇਆ ਹੀ ਤੇ ਨਹੀਂ ਆਇਆ। ਕਹੀਂ ਹਾਲੇ ਲੱਭਦੀ ਨਹੀਂ। ਬੜੇ ਆਏ ਕਈ ਨਹੀਂ। ਬੜੀ ਲੰਬੀ ਲਿਸਟ ਆ ਹੋ ਗਈ। ਐਰਕੀ ਵੀ ਵੇਖ ਲਿਓ ਕੋਈ ਨਹੀਂ ਆ ਜਿਹੜੇ ਹੀ ਗਲਿਆਰ ਨਹੀਂ ਲੱਭਣੇ। ਹੂੰ। ਹਾਂਜੀ। ਕਾਰਨ ਕੀ ਹੈ ਲਵਦੇ ਕਿਉਂ ਨਹੀਂ ਬਹੁਤ سارے ਪਹਿਲਵਾਨ ਇੱਕਦਮ ਦੰਗੜਾ ਚ ਵੱਡਾ ਨਾ ਹੋ ਜਾਂਦਾ ਅਗਲੇ ਸਾਲ ਲਵਦੇ ਨਹੀਂ ਇਹ ਪਤਾ ਨਹੀਂ ਭਾਜੀ ਕੀ ਵੀ ਮਿਹਨਤ ਕਰਨੋਂ ਹਟ ਜਾਂਦੇ ਆ ਚਾਹ ਪਤਾ ਨਹੀਂ ਕੀ ਉਹਨਾਂ ਨੂੰ ਹੋ ਜਾਂਦਾ ਵਾ ਕੀ ਚੱਕਰ ਆ ਹੂੰ ਫਿਰ ਇਦਾਂ ਅੱਛਾ ਭਾਈ ਗੱਲ ਆ ਵੀ ਜਿਹੜਾ ਚੰਗਾ ਸਮਾਂ ਤੁਸੀਂ ਦੇਖਿਆ ਤੁਸੀਂ ਦੇਖਿਆ ਕਿ ਮਾੜੇ ਚ ਉਹ ਬੰਦੇ ਛੱਡ ਵੀ ਜਿਹੜਾ ਚੰਗਾ ਸਮਾਂ ਹੈਗਾ ਇਹ ਬੰਦੇ ਨੂੰ ਤੁਹਾਨੂੰ ਲੱਗਦਾ ਹੈ ਕਿ ਆਯਾਸ਼ ਵੀ ਬਣਾ ਦਿੰਦਾ ਕਿਉਂਕਿ ਭਗਤੀ ਆ ਪਲਵਾਨੀ ਉਹ ਭਗਤੀ ਤੋਂ ਭਟਕਣ ਵਾਲ ਨੂੰ ਲੈ ਕੇ ਜਾਂਦਾ ਭਟਕਦਾ ਇਹ ਬੰਦਾ ਚੰਗੇ ਸਮੇਂ ਜਦੋਂ ਚੰਗਾ ਸਮਾਂ ਆ ਗਿਆ ਹਨਾ ਪੈਹਾ ਆ ਗਿਆ ਬੰਦੇ ਦੇ ਹਰ ਬੰਦਾ ਪਿਛੇ ਹੁੰਦਾ ਉਹਨੂੰ ਲੱਗਦਾ ਬਸ ਮੈਂ ਹੀ ਆ ਹੋਰ ਕੁਝ ਨਹੀਂ ਰਹਿ ਗਿਆ ਰੱਬ ਬਣ ਜਾਂਦਾ ਹਾਂ ਰੱਬ ਬਣ ਜਾਂਦਾ ਉਹ ਸੋਚਦਾ ਜੋ ਕੁਝ ਮੈਂ ਹੀ ਆ ਹੋਰ ਕੁਝ ਨਹੀਂ ਦੁਨੀਆ ਤੇ ਉਹਨੇ ਉਸ ਟਾਈਮ ਤੇ ਫਿਰ ਬੰਦਾ ਮਰਦਾ ਵੀ ਹੂੰ ਹੂੰ ਕਿਉਂਕਿ ਹਮੇਸ਼ਾ ਆਪਾਂ ਜ਼ਿੰਦਗੀ ਦਾ ਸੂਲ ਆ ਵੀ ਬੰਦੇ ਜਿਹੜੇ ਆਪਣੇ ਨਾਲ ਹੁੰਦੇ ਆ ਨਾ ਹੂੰ ਉਹ ਜਿੰਨਾ ਚਿਰ ਆਪਾਂ ਉਹਨਾਂ ਨਾਲ ਸਹੀ ਹੈ ਨਾ ਉਹਨਾਂ ਚਿਰ ਨਾਲ ਹੁੰਦੇ ਆ ਹੂੰ ਕਿਹੇ ਟਾਈਮ ਤੇ ਆਪਾਂ ਨੂੰ ਕਈ ਬੰਦੇ ਚੜਾਉਣ ਨੂੰ ਹੁੰਦੇ ਆ ਇਹ ਤਗੜਾ ਹੋ ਗਿਆ ਜੀ ਇਹਨੇ ਤਗੜੇ ਹੋ ਜਾਣਾ ਇਹਨੇ ਐ ਕਰ ਦੇਣਾ ਉਹਨੇ ਐਂ ਕਰ ਦੇਣਾ ਜਿੱਦ ਦਿਨ ਮੰਨ ਲਓ ਆਪਣੇ ਤੋਂ ਆਪਾਂ ਜੇ ਉਹਨਾਂ ਤੋਂ ਕੋਈ ਪਿਛੇੜ ਗਏ ਚਾ ਕੋਈ ਗੱਲ ਹੋ ਗਈ ਉਹਨਾਂ ਬੰਦਿਆਂ ਕਹਿੰਦਾ ਨਹੀਂ ਇਹ ਤੇ ਗਿਆ ਇਹਨਾਂ ਤੋਂ ਨਹੀਂ ਹੋਣਾ ਉਹੋ ਬੰਦੇ ਆਪਣੇ ਖਿਲਾਫ ਹੋ ਜਾਂਦੇ ਇਹ ਮਨੋਰਥ ਕੀ ਹੁੰਦਾ ਵੀ ਤੁਹਾਡੇ ਕੋਲ ਇੱਕਦਮ ਲੋਕ ਆਉਂਦੇ ਆ ਕਿਤੇ ਕਹਿੰਦੇ ਵੀ ਤੂੰ ਚੜ ਜਾ ਫੇ ਆਪਣੀ ਮਰਜ਼ੀ ਮੁਤਾਬਕ ਕਹਿੰਦੇ ਵੀ ਲੈ ਜਾ ਇਹਨਾਂ ਲੋਕਾਂ ਦੀ ਮਨੋਰਥ ਸਮਝ ਲੱਗੀ ਵੀ ਨੀਤ ਕੀ ਹੁੰਦੀ ਹੈ ਮੈਂ ਇਹ ਸੋਚਦਾ ਵੀ ਇੱਕ ਚਲੋ ਦੇਨ ਵਾਲਾ ਹਰ ਕਿਸ ਨੂੰ ਮਹਾਰਾਜ ਮੈਨੂੰ ਚੜਾਉਣਾ ਤੇ ਮਹਾਰਾਜ ਨੇ ਚੜਾਉਣਾ ਬਾਬੇ ਦੀਪ ਸਿੰਘ ਨੇ ਚੜਾਉਣਾ ਜੀ ਉਹਨੇ ਲਾਉਣਾ ਤੇ ਲਾ ਦੇਣਾ ਜੋ ਉਹਨੇ ਮੇਰੇ ਕਰਮਾਂ ਚ ਲਿਖਿਆ ਕਿਉਂਕਿ ਮੇਰੀ ਕੋਈ ਐਡੀ ਏਕਾਤ ਨਹੀਂ ਸੀ ਜਿੰਨਾ ਮੈਨੂੰ ਰੱਬ ਨੇ ਦਿੱਤਾ ਮੈਂ ਇੱਕ ਨੋਰਮਲ ਜੇ ਪਰਿਵਾਰ ਦਾ ਲਾਲੋ ਵੀ ਹੈਗੇ ਹਾਂ ਵੀ ਆਪਾਂ ਤੇ ਐਡੀ ਚੀਜ਼ਾਂ ਵੀ ਨਹੀਂ ਵੇਖੀਆਂ ਹੂੰ ਪਰ ਮਹਾਰਾਜ ਨੇ ਦਿੱਤਾ ਇਨਾ ਦਿੱਤਾ ਵੀ ਕੋਈ ਅੰਤਨੀ ਕੋਈ ਮਹਾਰਾਜ ਤੁਹਾਨੂੰ ਇਨਾ ਦਿੱਤਾ ਕਿ ਤੁਸੀਂ ਆਜ਼ਾਦੀ ਆਵਾਜ਼ ਮਾਰੀ ਤੇ ਗੱਡੀਆਂ ਦਾ ਕਾਫਲਾ ਮੁੰਡੇ ਹੀ ਮੁੰਡਿਆਂ ਨਾਲ ਤੁਹਾਡੇ ਵਾਸਤੇ ਇਨਾ ਉਹਨਾਂ ਦੇ ਮਨਾਂ 'ਚ ਪਿਆਰ ਹੈ ਕਿ ਪੁਲਵਾਨ ਹੋਣਾ ਨੇ ਆਵਾਜ਼ ਮਾਰੀ ਹੈ ਤਾਂ ਸਾਰੇ ਦੇਖੋ ਸ਼ੌਕ ਨਾਲ ਆਏ ਹਾਂ ਸ਼ੌਕ ਨਾਲ ਉਹਨਾਂ ਨੂੰ ਇਹ ਹੁੰਦਾ ਵੀ ਪੁਲਵਾਨ ਹੋਣਾ ਕਿਹਾ ਤੇ ਆਪਣੀ ਅੱਧੀ ਬੋਲ ਤੇ ਚਲੋ ਕੀ ਹੈ ਵੀ ਯਾਰੀ ਦੋਸਤੀ ਵੀ ਭਾਜੀ ਇਦਾਂ ਵੀ ਜੇ ਆਪਾਂ ਕਿਸੇ ਦੇ ਨਾਲ ਖੜਦੇ ਹਾਂ ਤੇ ਆਪਣੇ ਨਾਲ ਖੜਦਾ ਹ ਹੁਣ ਵੇਖ ਲਓ ਇਹ ਜੇ ਆਏ ਆ ਜੇ ਕੋਈ ਆਪਣਾ ਪ੍ਰੇਮ ਪਿਆਰ ਤੇ ਆਪਣਾ ਟਾਈਮ ਕੱਢ ਕੇ ਆਏ ਹੂੰ ਨਹੀਂ ਤੇ ਕੌਣ ਆਉਂਦਾ ਕਮਾਏ ਯਾਰ ਕਮਾਏ ਜ਼ਿੰਦਗੀ ਕਮਾਏ ਆ ਜਿਨ੍ਹਾਂ ਨਾਲ ਆਪਾਂ ਤੁਰੇ ਆ ਆਪਣਾ ਸੂਲ ਇੱਕ ਪਾਜੀ ਜਿਹਦੇ ਨਾਲ ਤੁਰੇ ਆ ਦਿਲੋਂ ਤੁਰੇ ਆ ਜਿਦ ਦਿਨ ਪਿਛੇ ਹਟ ਗਏ ਪਿਛੇ ਹਟ ਗਏ ਇਹ ਨਹੀਂ ਲੋਕਾਂ ਵਾਲੀ ਗੱਲ ਵੀ ਮੂੰਹ ਤੇ ਹਰ ਕਿਸ ਨੂੰ ਨਹੀਂ ਨਹੀਂ ਆਏ ਕਰੀ ਜਾਓ ਇਹ ਨਹੀਂ ਕੰਮ ਹੈਗਾ ਆਪਣੇ ਚ ਠੀਕ ਆ ਜਿਹਦੇ ਨਾਲ ਆ ਉਹਦੇ ਨਾਲ ਆ ਜਿਹਦੇ ਨਹੀਂ ਉਹਦੇ ਨਹੀਂ ਜੇ ਕਿਸੇ ਨੂੰ ਗੱਲ ਕਵਾਂਗੇ ਇੱਕ ਠੋਕੇ ਕਵਾਂਗੇ ਨਹੀਂ ਕਹੀ ਤੇ ਨਹੀਂ ਕਹੀ ਜਿਹਦੇ ਨਾਲ ਬੈਰ ਆ ਇੱਕ ਚ ਵਜਾਂਗੇ ਇੱਕ ਚ ਵਜਾਂਗੇ ਆਪਾਂ ਆਏ ਨਹੀਂ ਆ ਪਹਿਲਵਾਨੀ ਵੀ ਆਪਾਂ ਕੀ ਅਣਖ ਦੀ ਕੀਤੀ ਇਹਦੇ ਅਣਖ ਦੀ ਕਰਾਂਗੇ ਜਿੰਨ ਦਿਨ ਠੀਕ ਆ ਹੋ ਗਏ ਆਪਦੇ ਘਰੇ ਬਹਿ ਜਾਗੇ ਇਦਾਂ ਨਹੀਂ ਤੁਰੇ ਫਿਰਦੇ ਤੁਹਾਡੇ ਕੁਸ਼ਤੀਆਂ ਬਰਾਬਰ ਬਹੁਤ ਘੱਟ ਹੁੰਦੀਆਂ ਹਾਂਜੀ ਕਿਉਂਕਿ ਮੇਰਾ ਆਪਣਾ ਧਿਆਨ ਹੁੰਦਾ ਨਾ ਵੀ ਕੁਸ਼ਤੀ ਨੂੰ ਨਿਬੇੜਿਆ ਜਾਵੇ ਤੇ ਕਿਉਂ ਬੰਦੇ ਦਿਮਾਗ ਹੁੰਦਾ ਜੇ ਬੰਦਾ ਦਿਮਾਗ ਇਧਰ ਲੈ ਕੇ ਚੱਲ ਗਿਆ ਵੀ ਆਪਾਂ ਬਰਾਬਰ ਹੀ ਲੜਨਾ ਡਿਫੈਂਸ ਤੇ ਬਰਾਬਰ ਹੀ ਲੜਨਾ ਫਿਰ ਉਹ ਕੁਸ਼ਤੀ ਬਰਾਬਰ ਹੋਈਂਦੀ ਜੇ ਆਪਾਂ ਕੁਸ਼ਤੀ ਨੂੰ ਆਰ ਪਾਰ ਦੇ ਚ ਜਾਵਾਂਗੇ ਉਹ ਕੀ ਹੁੰਦਾ ਫਿਰ ਲਾ ਲੋ ਵੀ ਕਿਸੇ ਵਾਸਤਾ ਆਪਾਂ ਉੱਤੇ ਚੜਦੇ ਚੜਾਉਂਦੇ ਆਪਾਂ ਨੂੰ ਵੀ ਦਾਵਾ ਜਿੱ ਸਕਦਾ ਫਿਰ ਕੀ ਹੈ ਵੀ ਉਹ ਕੁਸ਼ਤੀਆਰ ਪਰ ਤਾਂ ਹੁੰਦੀ ਹੈ ਹੋਇਆ ਕਦੀ ਵੀ ਜ਼ਿੰਦਗੀ ਚ ਵੀ ਦਾ ਤਾਂ ਮੈਂ ਮਾਰਨ ਗਿਆ ਸੀ ਅਗਲੇ ਦੇ ਘਰ ਜਾਵੜਿਆ ਤਾਂ ਅਗਲੇ ਨੇ ਉਸਰੋ ਦੀ ਮਾਰ ਕਈ ਯਾਰ ਇਦਾਂ ਹੋਇਆ ਯਾਰ ਇੰਨਾ ਬੰਦੇ ਨੂੰ ਥਕਾ ਕੇ ਲੈਨੇ ਰਹਾਂ ਵੀ ਉਹ ਲੱਗਦਾ ਵੀ ਇੱਕ ਮਿੰਟ ਨਾ ਪਿਛਾ ਹੋ ਗਈ ਮੈਂ ਖਲੋਈਂਦਾ ਟਹਿ ਜਾਣਾ ਭੱਜ ਕੇ ਦਵਾ ਦਵਾ ਕਾਲੀ ਕਰਨ ਚ ਵੀ ਇਹ ਕੰਮ ਹੋਇਆ ਕਾਲ ਮਰਾਉਂਦੀ ਹੈ ਬੰਦੇ ਨੂੰ ਹਾਂ ਜੀ ਪਰ ਬਾਕੀ ਕੀ ਹੈ ਤਜਰਬਾ ਜ਼ਿੰਦਗੀ ਚ ਹੌਲੀ ਹੌਲੀ ਬੰਦੇ ਨੂੰ ਆਉਂਦਾ ਹੂੰ ਜੇ ਡੀ ਕੋਈ ਚੀਜ਼ ਆਪਣੇ ਨਾਲ ਹੁੰਦੀ ਹੈ ਨਾ ਉਹ ਵਧੀਆ ਹੁੰਦਾ ਜੇ ਬੰਦੇ ਨਾ ਕੋਈ ਦਾਅਵਾ ਜਦੇ ਆ ਚੱਕ ਬੰਦੇ ਨਾ ਮਾੜੀ ਕਰਦਾ ਉਹ ਸਾਰੇ ਵਧੀਆ ਲਈ ਕਿਉਂਕਿ ਬੰਦਾ ਠੋਕਰਾਂ ਖਾ ਖਾਈ ਬੰਦਾ ਹ ਹਰ ਕੋਈ ਇਦਾਂ ਨਹੀਂ ਬਣ ਜਾਂਦਾ ਹਿੰਦੁਸਤਾਨ ਦਾ ਕੋਈ ਐਸਾ ਤਕੜਾ ਮੱਲ ਹੈ ਜਿਹੜਾ ਹਜੇ ਤੱਕ ਨਹੀਂ ਢਾਇਆ ਤੁਸੀਂ ਨਹੀਂ ਹੁਣ ਤੇ ਕੀ ਆ ਭਈ ਸਾਰੇ ਨਾ ਉਹ ਵੀ ਗਈਆਂ ਢਾਹ ਵੀ ਲਿਆ ਤੇ ਪਰ ਹੁਣ ਸੰਤੁਸ਼ਟੀ ਪੂਰੀ ਹੈ ਭਈ ਚਲੋ ਠੀਕ ਆ ਜੇ ਇੱਕ ਰਾਂ ਹੋਏ ਆ ਕੁਲੇ ਆ ਤੇ ਇੱਕ ਠੋਕੇ ਕੁਲੇ ਆ ਸਾਰੇ ਆਣਾ ਕੋਲੇ ਆ ਸਾਰਿਆਂ ਨੂੰ ਠਾਇਆ ਵੀ ਆ ਕੋਈ ਇਹ ਨਹੀਂ ਪੀ ਆ ਇਹਦਾਂ ਨਹੀਂ ਪੀ ਆ ਰਹਿ ਗਿਆ ਬੀ ਉਹ ਰਹਿ ਗਿਆ ਹੂੰ ਵਧੀਆ ਆ ਕਾਂਟਾ ਸੈਦੋ ਇਹ ਬੜੀ ਚਰਚਾ ਕੁਸ਼ਤੀ ਚ ਹਾਂ ਭਾਈ ਇਹ ਕਾਂਟਾ ਸੈਦੂ ਦੀ ਮੇਰੀ ਗਾ ਸਾਹ ਬਣਾਣਾ 70% ਤੇ ਕੁਸ਼ਤੀਆਂ ਸੈਦੂ ਹੀ ਹੈ ਸਕ੍ਰਿਪਟ ਹੁੰਦੀ ਹੈ ਹਾਂਜੀ ਲੋਕੀ ਸੋ ਚਲੋ ਕਿਹੜੀ ਪਹਿਲਵਾਨ ਕਹਿੰਦਾ ਮੈਂ ਇਹਦੇ ਨਾਲ ਨਹੀਂ ਖੋਲਣਾ ਕੋਈ ਪਹਿਲਵਾਨ ਕਹਿੰਦਾ ਮੈਂ ਉਹਦੇ ਨਾਲ ਨਹੀਂ ਖੋਲਣਾ ਮੈਂ ਇਹਦੇ ਨਾਲ ਨਹੀਂ ਖੁਲੂੰਗਾ ਹਾਂ ਮਤਲਬ ਕਿ ਬੜੇ ਬੜੇ ਜਿਹੜੇ ਤਗੜੇ ਪਹਿਲਵਾਨ ਨੇ ਹਾਰਨ ਦੁੱਖ ਉਹਨਾਂ ਨੇ ਦੋ ਤਿੰਨ ਪਲਵਾਨ ਰੱਖਿਆ ਜਿਹੜੇ ਢੋਣੇ ਆ ਹਾਂਜੀ ਤੇ ਕਮੇਟੀ ਵਾਲਿਆਂ ਨੂੰ ਕਹਿਣਾ ਕਿ ਜੇ ਮੈਨੂੰ ਆਪਣੇ ਛਿੰਝ ਚ ਬੁਲਾਉਣਾ ਹੈ ਤਾਂ ਆ ਬੰਦੇ ਲੈ ਹਾਂ ਮੈਂ ਤੇ ਇਹਦੇ ਨਾਲ ਗੁੜੂੰਗਾ ਅੱਛਾ ਹਾਂ ਤੇ ਜੇ ਭਾਈ ਧਾਂਸੋ ਫਸ ਗਿਆ ਕਿਤੇ ਆਪਣੇ ਨਾ ਜਾਂ ਕਿਸੇ ਨਾ ਅੱਗੋ ਚੰਗੇ ਨਾ ਹਾਂ ਤੇ ਉਹਨੂੰ ਜੇ ਪਤਾ ਨਾ ਮੈਨੂੰ ਅਗਲਾ ਟਾਲੇ ਲੱਗਾ ਉਹਦਾ ਇਹ ਨਹੀਂ ਹੈਗਾ ਚਲੋ ਠੀਕ ਹੈ ਜਿੱਤਣਾ ਹਾਰਨਾ ਕੋਈ ਮਾੜੀ ਗੱਲ ਨਹੀਂ ਆ ਹੂੰ ਦੋ ਭਲਵਾਨ ਕੋਈ ਟੈਂਡਾ ਹਾਂ ਇੱਕ ਜਿੱਤਦਾ ਇੱਕ ਹਾਰਦਾ ਕੋਈ ਚੱਗਰ ਨਹੀਂ ਆ ਪਰ ਉਹ ਬੰਦਿਆਂ ਨੇ ਇਹੋ ਹੀ ਆ ਵੀ ਨਹੀਂ ਅਸੀਂ ਪਤਾ ਨਹੀਂ ਹਾਰ ਗਏ ਤੇ ਕੀ ਹੋ ਜਾਣਾ ਉਹਨਾਂ ਕਹਿ ਦੇਣਾ ਸਾਡੇ ਸੱਟ ਲੱਗ ਗਈ ਹੈ ਹੂੰ ਹਾਰ ਗਏ ਤਾਂ ਰੇਟ ਡਿੱਗ ਜਾਣਾ ਹਾਂ ਕੱਲ ਨੂੰ ਐਦਾਂ ਜੀ ਸੱਟ ਲੱਗ ਗਈ ਮੈਂ ਤੇ ਫਲਾਣਾ ਮੈਨੂੰ ਐ ਕਰਦਾ ਮੈਂ ਤੇ ਇਹਨਾਂ ਨੇ ਕੋਲੂ ਫਲਾਣਾ ਮੈਨੂੰ ਐ ਕਰਦਾ ਮੈਂ ਇਹਨਾਂ ਨੇ ਕੋਲ ਭਲਵਾਨ ਜੀ ਤੁਸੀਂ ਕਹਿੰਦੇ ਹੋ ਵੀ ইরਾਨੀ ਪਹਿਲਵਾਨ ਕਾਂਟਾ ਘੋਲ ਘੁਲ ਰਹੇ ਨੇ ਇਸ ਵੇਲੇ ਪੰਜਾਬ ਚ ਪਰ ইরਾਨੀ ਪਹਿਲਵਾਨਾਂ ਤੇ ਇੱਕ ਪਾਸੇ ਸਵਾਲ ਉੱਠ ਰਿਹਾ ਕਿ ਇਹਨਾਂ ਨਾਲ ਅਸੀਂ ਨਹੀਂ ਘੁਲਣਾ ਇਹ ਵੇਖੋ ਇੱਕ ਮੇਰੀ ਗੱਲ ਸੁਣੋ ইরਾਨੀ ਪਹਿਲਵਾਨ ਆ ਨਾ ਤੇ ਉਹਨਾਂ ਨੂੰ ਲੰਗੋਟੇ ਦਾ ਪਤਾ ਹਮ ਨਾ ਉਹਨਾਂ ਕਦੀ ਮਿੱਟੀ ਤੇ ਜੋਰ ਕੀਤੇ ਹਮ ਨਾ ਉਹ ਕਦੀ ਮਿੱਟੀ ਦੀ ਕੁਸ਼ਤੀ ਕੋਲੇ ਹਮ ਉਹ ਵੇਖੋ ਵੀ ਆਪਣੇ ਵੱਲ ਵੇਖ ਕੇ ਤੇ ਸਿੱਖ ਕੇ ਹੀ ਘੁਲਦੇ ਹਮ ਚਾਹ ਤੇ ਆਪ ਇਰਾਨੀ ਆਣਾ ਤਾਂ ਨਾ ਕਰਦਿਏ ਵੀ ਨਹੀਂ ਜੀ ਇਹ ਮੈਟ ਤੇ ਕੁਸ਼ਤੀ ਹੋਣੀ ਆ ਤੇ ਅਸੀਂ ਕਿਉਂ ਘੁਲ ਜੀ ਹੂੰ ਗੁਸਤੀ ਉਹ ਆਪ੍ਰਿੰਕਲ ਦੇ ਆਣ ਕੇ ਹੂੰ ਆਪਣਾ ਕਲਚਰ ਆ ਆਪਾਂ ਰੁਸਤਮ ਸਮਝਦੇ ਆ ਆਪਣੇ ਆਪ ਨੂੰ ਕਿ ਸਾਡੇ ਤੇ ਰੁਸਤਮ ਹੀ ਵੱਡਾ ਕੋਈ ਨਹੀਂ ਹੈ ਠੀਕ ਗੱਲ ਉਹਦਾ ਅੱਗੇ ਹੋਣ ਲੱਗਿਆ ਕੀ ਹੁੰਦਾ ਰੁਸਤਮ ਤੇ ਉਹ ਹੈ ਨਾ ਜਿਹੜਾ ਹਰ ਕਿਸੇ ਨੂੰ ਕਹੇ ਵੀ ਜਿਹੜਾ ਘੁਲੂਗਾ ਮੈਂ ਹੂੰ ਰੁਸਤਮ ਤੇ ਹੋਇਆ ਜਿਹਨਾਂ ਫਿਰ ਦੁਨੀਆ ਢਾਈ ਦੁਨੀਆ ਢਾਈ ਤੇ ਜਿਹੜਾ ਕੋਈ ਆਵੇ ਤੇ ਉਹਦੇ ਨਾਲ ਕੋਲੇ ਹੂੰ ਜੇਕਰ ਨਾ ਅਸੀਂ ਮੈਚ ਆਵਾਣਾ ਕੋਲਾਂ ਤੇ ਹੈ ਰੁਸਤਮ ਸਭ ਤੋਂ ਵੱਡਾ ਮੈਂ ਹੈ ਤੇ ਫਿਰ ਮੈਂ ਇਹਦੇ ਨੂੰ ਮੰਨਦਾ ਨਹੀਂ ਹੂੰ ਮੈਂ ਤੇ ਉਹਨੂੰ ਪਹਿਲਵਾਨ ਮੰਨਦਾ ਵੀ ਜਿਹੜਾ ਹਰ ਕਿਸੇ ਨਾਲ ਘੁਲੇ ਪਾਵਾ ਕੋਈ ਈਰਾਨੀ ਆ ਪਾਵਾ ਕੋਈ ਦਿੱਲੀ ਵਾਲਾ ਆ ਪਾਵਾ ਕੋਈ ਹਰਿਆਣੇ ਦਾ ਹਰ ਕਿਸੇ ਨੇ ਕਿਉਂਕਿ ਜਦੋਂ ਕੁਸ਼ਤੀ ਹੁੰਨੇ ਆਪਣੀ ਕੋਲ ਨਹੀਂ ਹੂੰ ਮਿੱਟੀ ਦੇ ਕੋਲ ਨਹੀਂ ਜੀ ਇਹਦੇ ਆਪਾਂ ਨੂੰ ਕਹਿੰਦਾ ਵੀ ਗੱਦੇ ਦੇ ਕੋਲੋਂ ਫਿਰ ਤੇ ਆਪਾਂ ਨਾ ਕਰਦੀਏ ਵੀ ਨਹੀਂ ਯਾਰ ਇਹ ਮੈਂ ਤੇ ਕਿਹੜੀ ਗੱਦੇ ਦੇ ਕੋਲ ਦਾ ਜਦੋਂ ਆਪਾਂ ਕੋਲਦੇ ਆਪਣੀ ਕੁਸ਼ਤੀ ਆ ਕੇ ਕੋਲਦੇ ਫਿਰ ਕੀ ਦਿੱਕਤ ਸੋ ਸਾਡੇ ਘਰ ਆ ਕੇ ਕੋਲ ਰਹੇ ਹਾਂ ਸਾਡੇ ਘਰ ਆ ਕੇ ਕੋਲਦੇ ਸਾਡੇ ਤਰੀਕੇ ਨਾਲ ਕੋਲ ਰਹੇ ਹਾਂ ਹਾਂਜੀ ਸਾਡੇ ਤਰੀਕੇ ਨਾਲ ਹੀ ਉਹ ਲੰਗੋਟਾ ਐ ਉਦਾਂ ਹੀ ਗੁਸ਼ਤ ਢਾਉਣਾ ਐ ਸਭ ਕੁਝ ਹੂੰ ਬੜੋ ਉਹਨਾਂ ਨੂੰ ਭਜਾਓ ਆ ਬਰੋ ਇੱਕ ਤਰਕ ਦੰਦੇ ਵੀ ਕਹਿੰਦੇ ਵੀ ਸਾਡੇ ਪੰਜਾਬ ਦੇ ਮੁੰਡਿਆਂ ਨੂੰ ਜਿਹੜਾ ਚਾਂਸ ਮਿਲਣਾ ਸੀ ਉਹ ਬਾਹਰ ਲਿਆ ਕੇ ਲਈ ਜਾਂਦੇ ਅੱਜ ਤਿੰਨ ਈਰਾਨੀਆਂ ਕੱਲ ਨੂੰ ਚਾਰ ਈਰਾਨੀਆਂ ਯਾਨੀ ਕਿ ਚਾਰ ਪੰਜਾਬ ਦੇ ਮੁੰਡਿਆਂ ਦੇ ਨੰਬਰ ਕੱਟੇ ਗਏ ਹਾਂ ਭਾਈ ਇਹ ਤਾਂ ਗੱਲ ਸੱਚੀ ਆ ਵੀ ਕੀ ਹੁੰਦਾ ਵੀ ਜਿਹੜੇ ਹੁਣ ਲਾ ਲੋ ਮੈਂ ਆਂ ਅਸੀਂ ਤਿੰਨ ਚਾਰ ਕੋਈ ਪੰਜ ਮੁੰਡੇ ਆ ਉੱਤੇ ਜੇ ਈਰਾਨੀ ਆ ਜਾਂਦੇ ਆ ਫਿਰ ਇਹ ਲੋਕ ਸਾਨੂੰ ਈਰਾਨੀਆਂ ਨਾਲ ਘਲਾਉਣ ਲਾ ਪੈਂਦੇ ਆ ਨਾ ਹੁਣ ਤੇ ਉਹ ਕੀ ਹੁੰਦਾ ਜਿੱਦਾਂ ਆਪਣੇ ਛੋਟੇ ਮੁੰਡੇ ਆ ਲੋਕਾਂ ਨੇ ਉਹਨਾਂ ਨੂੰ ਮੌਕਾ ਦੇ ਕੇ ਸਾਡੇ ਨਾਲ ਘਲਾਉਣਾ ਫਿਰ ਉਹ ਕੀ ਆ ਵੀ ਜਦੋਂ ਬਾਹਰ ਦਾ ਬੰਦਾ ਕੋਈ ਆਉਂਦਾ ਨਾ ਆਪਣੇ ਨਵੇਂ ਮੁੰਡਿਆਂ ਦਾ ਘਾਟ ਹੋ ਜਾਂਦਾ ਹੂੰ ਉਦल्या ਨੂੰ ਤੇ ਕੋਈ ਫਰਕ ਨਹੀਂ ਆਪਣੇ ਨਵੇਂ ਮੁੰਡੇ ਇਸ ਵਕਤ ਉਸ ਚੀਜ਼ ਤੋਂ ਸਟਰਗਲ ਕਰ ਰਹੇ ਆ ਕਿ ਉਹਨਾਂ ਨੂੰ ਮੌਕਾ ਨਹੀਂ ਮਿਲ ਰਿਹਾ ਮੌਕਾ ਨਹੀਂ ਮਿਲ ਰਿਹਾ ਕਿਉਂਕਿ ਮੌਕਾ ਬਾਹਰ ਲੈ ਨਹੀਂ ਖਾ ਰਹੇ ਹਾਂਜੀ ਬੌਕਾ ਬਾਹਰ ਨੇ ਆ ਬੌਕਾ ਫਿਰ ਕੀ ਆ ਵੱਡੇ ਪਹਿਲਵਾਨ ਵੀ ਕੀ ਕਹਿੰਦੇ ਨਹੀਂ ਅਜੇ ਇਹ ਜੋੜ ਹੀ ਨਹੀਂ ਹੁੰਦੇ ਹੀ ਨਹੀਂ ਕਹਿੰਦੇ ਨਹੀਂ ਅਸੀਂ ਤੇ ਉਹਦੇ ਨਾਲ ਕੋਲ ਨਹੀਂ ਵੱਡੇ ਪਹਿਲਵਾਨੇ ਸੋ ਕੋਲੋਂ ਵੀ ਡਰਦੇ ਕਿ ਜਵਾਕ ਜੇ ਕੋਟਹਿ ਜਾਵਾਂਗੇ ਤੇ ਇੱਕ ਤਾਂ ਬੇਇੱਜ਼ਤੀ ਵੀ ਹੋਊਗੀ ਤੇ ਦੂਜਾ ਨਵੀਂ ਐਂਟਰੀ ਹੋ ਜਾਊਗੀ ਬਸ ਇੱਕ ਇਹ ਨਾਂ ਬਣਿਆ ਸਾਡਾ ਤੁਸੀਂ ਵੀ ਫੀਲ ਕੀਤਾ ਨਾ ਸ਼ੁਰੂ ਚ ਹਾਂਜੀ ਕੀ ਹੁੰਦਾ ਵੀ ਜਦੋਂ ਆਪਾਂ ਵੀ ਗਏ ਆ ਨਾ ਮਵੀ ਬੜੇ ਜਣੇ ਨਹੀਂ ਘੋਲਦੇ ਫਿਰ ਕੀ ਆ ਚਲੋ ਜਦੋਂ ਆਪਾਂ ਇਹਦੇ ਵਿੱਚ ਹੋ ਗਏ ਇੱਕ ਦੋ ਕੁਸ਼ਤੀਆਂ ਵਧੀਆ ਹੋ ਗਈਆਂ ਫਿਰ ਲੋਕਾਂ ਨੂੰ ਘੋਲਣਾ ਹੀ ਪਿਆ ਫਿਰ ਆਪਾਂ ਹੁਣ ਇਹਦੇ ਵਿੱਚ ਪੱਕੇ ਹੋ ਗਏ ਹੁਣ ਨਵੇਂ ਜਿਹੜਾ ਹੁੰਦਾ ਏ ਜਿੰਨਾ ਚਿਰ ਉਹ ਚੰਗੀਆਂ ਕੁਸ਼ਤੀਆਂ ਨਹੀਂ ਵਿਖਾਉਂਦਾ ਵੀ ਇੰਨੀ ਉਹਦੀ ਡਿਮਾਂਡ ਨਹੀਂ ਹੁੰਦੀ ਅਗਲੇ ਬੰਦੇ ਜਿੰਨੀ ਫਿਰ ਉਹਦੀ ਕੁਸ਼ਤੀ ਨਹੀਂ ਹੁੰਦੀ ਹਮ ਡਿਮਾਂਡ ਬਹੁਤ ਆ ਤੁਹਾਡੀ ਸ਼ੁਰੂ ਚ ਵੀ ਗੱਲ ਕੀਤੀ ਕਿ ਇੱਕ ਇੱਕ ਦਿਨ ਚ ਤਿੰਨ ਤਿੰਨ ਚਾਰ ਚਾਰ ਕੁਸ਼ਤੀ ਦੰਗਲ ਵਾਲੇ ਪਹੁੰਚ ਹੁੰਦੇ ਕਿ ਧਮਿੰਦਰ ਸਾਡੇ ਆ ਜਾ ਇਹ ਗੱਲ ਪੱਕੀ ਹੈ ਭਾਈ ਪਿਆਰ ਬੜਾ ਕਰਦੇ ਆਪਾਂ ਨੂੰ ਜਰੂਰ ਧਮਿੰਦਰ ਦੀਆਂ ਕਮੇਟੀਆਂ ਆ ਜਾਣ ਫਿਰ ਧਮਿੰਦਰ ਦਾ ਰੇਟ ਹਾਈ ਹੋ ਜਾਂਦਾ ਜਾਂ ਫਿਰ ਜਿਹੜਾ ਪਹਿਲਾਂ ਆ ਗਿਆ ਨਹੀਂ ਆਪਣਾ ਇਹ ਸਾਡਾ ਸੂਲਿਆ ਜਿਹਦੇ ਨਾਲ ਹੀ ਗੱਲ ਕਰ ਲਈ ਜਿੱਥੇ ਹਾਂ ਕਰਤੀ ਉੱਥੇ ਹੀ ਪਹੁੰਚਾਂਗੇ ਇਹ ਨਹੀਂ ਆ ਵੀ ਇੱਥੋਂ ਮੈਨੂੰ 50 ਕੀਤਾ ਦੂਜੀ ਕਮੇਟੀ ਆਈ ਤੇ ਮੈਨੂੰ ਕਵੇ ਵੀ 80 ਲੈ ਲੈ ਲੱਖ ਲੈ ਲੈ ਇਦਾਂ ਹੋਇਆ ਵੀ ਕਈ ਅੱਛਾ ਕੁਸ਼ਤੀ ਵੱਜੀ ਹੈ ਪੰਜਾਬ ਉਹ ਕਹਿੰਦੇ ਪੈਸੇ ਕਿੰਨੇ ਲੈਣੇ ਮੂੰਹ ਮੰਗੇ ਪੈਸੇ ਦੇਵਾਂਗੇ ਸਾਡੇ ਦੰਗਲ ਜਾ ਜਾ ਮਾ ਨਹੀਂ ਭਾਜੀ ਕੋਈ ਜ਼ਬਾਨ ਨਹੀਂ ਹੁੰਦੀ ਜ਼ਬਾਨ ਦਾ ਮੁੱਲ ਹੁੰਦਾ ਹਮ ਆਪਾਂ ਜਿੱਥੇ ਕੀਤੀ ਉੱਥੇ ਜਾਂਦੇ ਜ਼ਬਾਨ ਬੰਦੇ ਲਈ ਜ਼ਰੂਰੀ ਹੈ ਜ਼ਰੂਰੀ ਹੈ ਜਿਹੜੇ ਬੰਦੇ ਦੀ ਜ਼ਬਾਨ ਨਹੀਂ ਹੈਗੀ ਉਹਦਾ ਕੋਈ ਤੁਸੀਂ ਕਹੋਗੇ ਤੁਸੀਂ ਕਹੋ ਵੀ ਨਹੀਂ ਇਹ ਬੰਦਾ ਜ਼ਬਾਨ ਦਾ ਪੱਕਾ ਜੀ ਇਹਨੇ ਗੱਲ ਕੀਤੀ ਕਰੂਗਾ ਜਿਹਦੀ ਜ਼ਬਾਨ ਨਹੀਂ ਹੈਗੀ ਤੁਸੀਂ ਕਹਣਾ ਇਹਦਾ ਕੀ ਯਕੀਨ ਹੈ ਹਮ ਜ਼ਬਾਨ ਕਰਕੇ ਫੇਰ ਘਾਟੇ ਵੀ ਖਾਦੇ ਜਿੰਦਗੀ ਜਵਾਨ ਕਰਕੇ ਘਾਟੇ ਵੀ ਖਾਣੇ ਪੈਂਦੇ ਆ ਕਿਉਂਕਿ ਆਪਾਂ ਨੂੰ ਆਦਤ ਨਹੀਂ ਆਏ ਉਹ ਕਰਨ ਦੀ ਆਪਾਂ ਤੇ ਜੇ ਕੋਰੇ ਆ ਹੂੰ ਠੀਕ ਆ ਜਿਹੜਾ ਮਾੜੀ ਕਰਦਾ ਏ ਉਹਨੂੰ ਵੀ ਵੇਖੀਦਾ ਜਿਹੜਾ ਚੰਗੀ ਕਰਦਾ ਉਹਦੇ ਨਾਲ ਤੇ ਆਪਾਂ ਖੜੇ ਹੀ ਖੜੇ ਆ ਤੇ ਪਰ ਜਿੱਦਾਂ ਦਾ ਕੋਈ ਚੱਲੂ ਉਦਾਂ ਹੀ ਆਪਾਂ ਚੱਲਾਂਗੇ ਇਹ ਨਹੀਂ ਵੀ ਆਪਾਂ ਕਿਸੇ ਦੇ ਪਿੱਛੇ ਭਾਵੇਂ ਘਾਟਾ ਖਾਣਾ ਪਵੇ ਤੇ ਭਾਵੇਂ ਵਾਧਾ ਖਾਣਾ ਪਵੇ ਹੈ ਜ਼ਿੰਦਗੀ ਚ ਲਾਈਫ ਚ ਇਹੋ ਜਿਹੇ ਦੋਸਤ ਜਿੰਨਾ ਕਰਕੇ ਕੋਈ ਬਾਦ ਪਾ ਘਾਟਾ ਪੈ ਜਿੰਨਾ ਮਰਜੀ ਪੈ ਪਰ ਜੇ ਉਹ ਨਹੀਂ ਕਹਿੰਦਾ ਕਿ ਹਾਂ ਇਦਾਂ ਤੇ ਇਦਾਂ ਹੀ ਆ ਹੁਣ ਮੇਰਾ ਲਾਲੋ ਵੀ ਸਭ ਤੋਂ ਪੱਕਾ ਦੋਸਤ ਹੈ ਹੋਈ ਆ ਤੀਂਦਰ ਅੱਛਾ ਇਹ ਮੇਰੇ ਲਾਲੋ ਵੀ ਸ਼ੁਰੂ ਤੋਂ ਜਦੋਂ ਮੈਂ ਜੇ ਤੁਰਿਆ ਆਇਆ ਉਦੋਂ ਦਾ ਮੇਰੇ ਨਾਲ ਆ ਹੂੰ ਠੀਕ ਹੈ ਇਹ ਬੰਦੇ ਪਿਛੇ ਆਪਾਂ ਖੜੇ ਆ ਜੇ ਭਾਵੇਂ ਘਾਟਾ ਜਰਨਾ ਪਵੇ ਘਾਟਾ ਜਰਾਂਗੇ ਵਾਧਾ ਜਰਨਾ ਪਵੇ ਵਾਧਾ ਜਰਾਂਗੇ ਜੋ ਵੀ ਕਰਨਾ ਪਵੇ ਇਹਦੇ ਨਾਲ ਆ ਆਪਾਂ ਹੂੰ ਪਦਾਰਥ ਪਲਵਾਨ ਹੋਣਾ ਦਾ ਲਾਈਫ ਚ ਕੀ ਯੋਗਦਾਨ ਮਾਨਦੇ ਹੋ ਵੀਰੇ ਉਹਨਾਂ ਦਾ ਵਧੀਆ ਲਾਲੋ ਵੀ ਸਾਰਾ ਉਹਨਾਂ ਦੀ ਬਦੌਲਤੀ ਆ ਉਹਨਾਂ ਦਾ ਖਾੜਾ ਹੀ ਹੂੰ ਫੇਰ ਆਪਾਂ ਜਦੋਂ ਉੱਥੇ ਆਏ ਤਗੜੇ ਹੋਏ ਫਿਰ ਲਾਲੋ ਵੀ 2018 ਦੀ ਗੱਲ ਆ ਉਦੋਂ ਮੈਂ ਇਨੀ ਮਿਹਨਤ ਨਹੀਂ ਹਾਂ ਕਰਦਾ ਪਰ ਮੈਂ ਥੋੜਾ ਜਿਹਾ ਤਗੜਾ ਹੋ ਗਿਆ ਹੂੰ ਵੀ ਤਗੜਾ ਦੋ ਤਿੰਨ ਨੰਬਰ ਜੋੜ ਮੈਂ ਇਦਾਂ ਹੀ ਹੋ ਗਿਆ ਹੂੰ ਤੇ ਉਹ ਟਾਈਮ ਨਾਲ ਮੇਰੀ ਕੁਸ਼ਤੀ ਵੱਜ ਗਈ ਤੇ ਪਲਵਾਨ ਕਹਿੰਦਾ ਵੀ ਜੇ ਤੂੰ ਮਿਹਨਤ ਮੇਰੇ ਆਖੇ ਲਾ ਕੇ ਕਰਨੀ ਹੈ ਨਾ ਹੂੰ ਤੇ ਆਪਾਂ ਤਾਂ ਹਾਂ ਕਰੀਏ ਨਹੀਂ ਤੇ ਰਹਿਣ ਦੇ ਫਿਰ ਤੂੰ ਉਥੇ ਥੱਕ ਜਾਏਂਗਾ ਚਾ ਕਿਦਾਂ ਕੀ ਫਾਇਦਾ ਮਾਹ ਨਹੀਂ ਪਲਵਾਨ ਜੀ ਤੁਸੀਂ ਹਾਂ ਕਰੋ ਮੈਂ ਮਿਹਨਤ ਤੁਹਾਡੇ ਆਖੇ ਫਿਰ ਮੇਰੀ ਉਸ ਸਾਲ ਲਾਲੋ ਵੀ 18 ਜੀ ਮਿਹਨਤ ਕਰਾਈ 19 ਜੀ ਫਿਰ ਮੈਂ ਜਿੰਨੂੰ ਹੱਥ ਪਾਇਆ ਹੂੰ ਸਾਰੇ ਚੁੱਕਦੇ ਸਾਰੇ ਚੁੱਕਦੇ ਸਾਰੇ ਚੁੱਕਦੇ ਹਾਥੀ ਨਹੀਂ ਕੋਈ ਸੈਂਦਾ ਅੱਛਾ ਹਾਂ ਤੇ ਕੀ ਆ ਵੀ ਜਿਵੇਂ ਉਸਤਾਦਾਂ ਬਗੈਰ ਵੀ ਕੋਈ ਗੱਲ ਨਹੀਂ ਜਿੰਨਾ ਚਿਰ ਉਸਤਾਦ ਪਿਛੇ ਹੈ ਨਾ ਬੰਦੇ ਦੇ ਜੇ ਬੰਦਾ ਮਨ ਮਰਜੀ ਵਾਲਾ ਉਹ ਨਹੀਂ ਲੱਭਦਾ ਹੂੰ ਜੇ ਆਪਾਂ ਅੱਖੇ ਲਾ ਕੇ ਕਿਸੇ ਦੀ ਗੱਲ ਸੁਣ ਕੇ ਚੱਲਾਂਗੇ ਨਾ ਹੂੰ ਫੇਰ ਹੀ ਬੰਦਾ ਜ਼ਿੰਦਗੀ ਚ ਕਾਮਯਾਬ ਆ ਜਿਹੜਾ ਮਰਜੀ ਕਰਨੀ ਉਹਦੇ ਅੱਜ ਵੀ ਗਿਆ ਕੱਲ ਵੀ ਗਿਆ ਕੱਲ ਵੀ ਆ ਧਫੇ ਖਾਦੇ ਉਸਤਾਦਾਂ ਤੋਂ ਫਿਰ ਹਾਂ ਉਸਤਾਦ ਮਾਰਾ ਖੱਦ ਗਿਆ ਉਹ ਮਰਜੀ ਉਹਦੇ ਆਪਾਂ ਨੂੰ ਕਰਨ ਕਿਉਂਕਿ ਅਸੀਂ ਉਹਨਾਂ ਦੀ ਜ਼ੁਬਾਨ ਤੇ ਚੱਲਣਾ ਹੂੰ ਜੇ ਕਦਾ ਇੱਥੇ ਜਾਣਾ ਜਾਣਾ ਨਹੀਂ ਜਾਣਾ ਨਹੀਂ ਜਾਣਾ ਹੂੰ ਲੋਕ ਕਰਦੇ ਬਾਈ ਪਿਆਰ ਮਤਲਬ ਹੁਣ ਤੱਕ ਤੁਸੀਂ ਮਹਾਰਾਸ਼ਟਰ ਜਾਂ ਪੂਰਾ ਹਿੰਦੁਸਤਾਨ ਹੈਨਾ ਘੁੰਮ ਲਿਆ ਪੂਰੇ ਹਿੰਦੁਸਤਾਨ ਦੇ ਮੱਲਾਂ ਨਾਲ ਕੁਸ਼ਤੀਆਂ ਦੇਖ ਲਈਆਂ ਹਾਂਜੀ ਕਿੰਨਾ ਕੁ ਪਿਆਰ ਮਿਲਿਆ ਲੋਕਾਂ ਨੂੰ ਪਿਆਰ ਬਹੁਤ ਕਰਦੇ ਲੋਕੇ ਐਵੇਂ ਕਿ ਬਹੁਤ ਜਿਆਦਾ ਇੱਜ਼ਤ ਵੀ ਕਰਦੇ ਆ ਹੂੰ ਤੇ ਪਸੰਦ ਵੀ ਬੜਾ ਜਿਆਦਾ ਕਰਦੇ ਲੋਕ ਹੂੰ ਤੇ ਲੋਕਾਂ ਦੇ ਪਿਆਰ ਕਰਕੇ ਹੀ ਆਪਾਂ ਤੁਰੇ ਫਿਰਦੇ ਆ ਹੂੰ ਜਦੋਂ ਬੰਦੇ ਦਾ ਇੱਕ ਵਧੀਆ ਨਾਂ ਹੋ ਜਾਂਦਾ ਨਾ ਹੂੰ ਉਹ ਨਾਲੋਂ ਮੈਂ ਭਾਜੀ ਜਾਊਂਗਾ ਕਿਤੇ ਵੀ ਅਗਲਾ ਤਾੜਕ ਕਹ ਦਿੰਦਾ ਹਾਂ ਕੌਣ ਤਰਮਿੰਦਰ ਹੂੰ ਫਿਰ ਮਨ ਚ ਖੁਸ਼ੀ ਹੁੰਦੀ ਆ ਵੀ ਆਪਣਾ ਜੇ ਨਾਂ ਬਣਿਆ ਸਾਰਾ ਤੇ ਪਲਵਾਨੀ ਤੋਂ ਬਣਿਆ ਹੂੰ ਤੇ ਆਪਾਂ ਹੋਰ ਵਧੀਆ ਕਰੀਏ ਮਿਹਨਤ ਕਰੀਏ ਜੜਾ ਆਪਾਂ ਲੋਕਾਂ ਨੂੰ ਵਧੀਆ ਕਰਕੇ ਵਿਕਾ ਸਕੀਏ ਜੀ ਆਪਾਂ ਨੂੰ ਪਿਆਰ ਕਰਦੇ ਦਾਬ ਬਾਈ ਹਰ ਤਰੀਕੇ ਦੇ ਮਾਰ ਲੇ ਹਾਂਜੀ ਕੋਈ ਇਹੋ ਜਿਹਾ ਵੀ ਪੱਟੀ ਵੀ ਲੱਗ ਲਿਆ ਤੁਸੀਂ ਹਾਂ ਪੱਟੀ ਵੀ ਲੱਗ ਲੈਣਾ ਮੈਂ ਕੰਮ ਹੋ ਗਾ ਦੇ ਤਾਂ ਮਿੰਦਰ ਕਹਿੰਦੇ ਆਪ ਦੇ ਦਾਮ ਵਾਲੀ ਪਤਾ ਨਹੀਂ ਕਿੱਥੋਂ ਕੀ ਕਰਦੇ ਨੇ ਹਾਂ ਇਹ ਤੇ ਦਾਗ ਹੀ ਆ ਸਾਰੇ ਆਉਂਦੇ ਆਪਾਂ ਨੂੰ ਉੱਤੋਂ ਥੱਲੇੋਂ ਮੇਰਾ ਸਰੀਰ ਨਾਲ ਲਚਕਦਾਰ ਬੜਾ ਹੈ ਹੂੰ ਤੇ ਉਹ ਫਿਰ ਮੈਂ ਸਾਰੇ ਕੰਮ ਕਰ ਲੈਣਾ ਹੂੰ ਇੱਕ ਸ਼ੁਰੂ ਤੋਂ ਮੈਂ ਮੈਡ ਦੀ ਵੀ ਭਲਵਾਨੀ ਨਾਲ ਕਰਦਾ ਰਿਆ ਹੂੰ ਫਿਰ ਉਹਦਾ ਕਰਕੇ ਮੈਡ ਤੇ ਜਿਹੜਾ ਬੰਦਾ ਕਰਦਾ ਤੁਹਾਨੂੰ ਪਤਾ ਉਹਦਾ ਹੂੰ ਹਰ ਚੀਜ਼ 'ਚੋਂ ਧਿਆਨ ਵਧੀਆ ਹੋ ਜਾਂਦਾ ਉਹ ਦਾ ਵੀ ਵਧੀਆ ਮਾਰਦਾ ਡਿਫੈਂਸਿਵ ਵਧੀਆ ਕਰਦਾ ਸਹੀ ਹੈ ਹਾਂਜੀ ਇਹ ਦਾ ਵਜ ਧਮਿੰਦਰ ਨੂੰ ਰਿਹਾ ਹੁੰਦਾ ਉਤੋਂ ਮੋੜਾ ਪਾ ਕੇ ਧਮਿੰਦਰ ਟਾ ਦਿੰਦਾ ਬੜੀ ਕੁਸ਼ਤੀ ਦੇਖਿਆ ਨੋਡੀ ਹਾਂ ਇਦਾਂ ਵੀ ਹੋ ਜਾਂਦਾ ਪੰਜਾਬ ਚ ਸਕੰਦਰ ਦੀ ਬੜੀ ਚੜਾਈ ਆ ਬਹੁਤ ਸਾਰੇ ਲੋਕ ਕਹਿੰਦੇ ਵੀ ਕਿਤੋਂ ਸੂਤ ਨਹੀਂ ਆ ਰਿਹਾ ਹਾਂ ਸਕੰਦਰ ਦੀ ਵਧੀਆ ਜਿਹੜਾ ਇਹ ਸੂਤ ਕਿਉਂ ਨਹੀਂ ਆ ਰਿਹਾ ਆਪਣੇ ਦਾ ਪੰਜਾਬ ਦੇ ਮੁੰਡੇ ਤੁਸੀਂ ਮੁੰਡੇ ਤਗੜੇ ਬੰਦੇ ਸਾਰੇ ਸੂਤ ਹੁਣ ਭਾਜੀ ਕਿੱਦਾਂ ਐ ਵੀ ਥੋੜਾ ਜਿਹਾ ਉਹ ਕੁਸ਼ਤੀ ਲੜਦਾ ਹੋਰ ਹਿਸਾਬ ਨਾਲ ਹੂੰ ਹੁਣ ਜਿਵੇਂ ਆਪਣੀ ਕੁਸ਼ਤੀ ਸਲੋ ਆ ਹੂੰ ਜਿਵੇਂ ਆਪਾਂ ਨੂੰ ਆਦਤ ਪਈ ਹੋਈ ਆ ਉਹ ਤੇਜ਼ ਲੜਦਾ ਹੂੰ ਉਏ ਇਹੋ ਚੀਜ਼ ਕਰਕੇ ਉਹ ਪਿਛੇ ਅੱਗੇ ਆ ਕੇ ਕੁਸ਼ਤੀ ਆਰਪਾਰ ਕਰ ਲਿੰਦਾ ਹੂੰ ਬਸ ਹੋਰ ਤੇ ਕੁਝ ਨਹੀਂ ਆ ਕੀ ਹੁੰਦਾ ਹਰ ਬੰਦੇ ਦਾ ਪਹਿਲੇ ਸਾਲ ਉਹਦੇ ਨਾਲ ਕੋਈ ਮਤਲਬ ਕੋਈ ਨਹੀਂ ਲੜਨ ਵਾਲਾ ਹੂੰ ਇੱਕ ਰਾਏ ਲੱਗਦਾ ਹੈ ਸਾਰੇ ਨੂੰ ਢਾ ਲਿਆ ਨੇ ਫਿਰ ਉਹ ਸਾਰੇ ਹੌਲੀ ਹੌਲੀ ਉਹਦੇ ਨਾਲ ਉਹਨਾਂ ਲੜਨ ਦਾ ਪੈਂਦੇ ਆ ਹੂੰ ਉਹਨਾਂ ਗਾਂ ਗਾਂ ਜਿੱਦਾਂ ਲਾ ਲੋ ਵੀ ਹੋਰ ਵਧੀਆ ਕੁਸ਼ਤੀਆਂ ਮਕਾਉਣਗੇ ਮੁੰਡੇ ਮੁੰਡੇ ਪੰਜਾਬ ਦੇ ਵੈਸੇ ਕਹਿ ਆ ਆਪਣੇ ਮਾਪੇ ਦਾ ਸੁਪਨਾ ਜਿਹੜਾ ਸੀ ਹੋ ਗਿਆ ਪੂਰਾ ਹਾਂ ਕਿ ਵੀ ਮੇਰੇ ਮਾਂ ਪਿਓ ਨੂੰ ਸ਼ੁਰੂ ਤੋਂ ਸ਼ੌਂਕ ਹੀ ਹੂੰ ਇਹ ਪਲਵਾਨ ਬਣਾਉਣਾ ਹਾਂ ਮੇਰੀ ਮੰਮੀ ਨੂੰ ਬੜਾ ਸ਼ੌਕ ਕਿਉਂਕਿ ਮੇਰਾ ਨਾਨਾ ਜੀ ਪਲਵਾਨ ਹੀ ਪਹਿਲਾਂ ਬੜੇ ਵੱਡੇ ਪਲਵਾਨ ਹੋਏ ਆ ਹੂੰ ਜਿੱਦਾਂ ਆਪਦੇ ਸਮੇਂ ਦੇ ਜਿੰਦਾ ਪਲਵਾਨ ਪਧਰੀ ਵਾਲਾ ਉਹ ਟਾਈਮ ਜਿਵੇਂ ਆ ਮਹਿਰਦੀਨ ਪਲਵਾਨ ਹੀ ਬੰਤਾ ਬਲਟੋਈਆ ਹੀ ਇਹਨਾਂ ਨਾਲ ਉਹਨਾਂ ਦੀਆਂ ਕੁਸ਼ਤੀਆਂ ਦੇ ਰਹੀਆਂ ਅੱਛਾ ਜੀ ਤੇ ਸ਼ੁਰੂ ਤੋਂ ਹੀ ਪਲਵਾਨੀ ਵਾਲੀ ਧਿਆਨ ਇਹ ਇਹ ਖਰਾਕ ਵੀ ਲਾ ਲੋ ਵੀ ਰਾਤ ਨੂੰ ਦੋ ਦੋ ਵਾਰ ਠਾ ਕੇ ਦੁੱਧ ਵੀ ਪੀਉਣਾ ਮੰਮੀ ਨੇ ਹੂੰ ਤੇ ਜਿਵੇਂ ਸਕੂਲ ਜਾਣਾ ਸਕੂਲ ਨੂੰ ਮੈਂ ਸਿੱਧਾ ਖਾੜੇ ਚਲ ਜਾਨਾ ਹਾਂ ਕੇ ਤੇ ਜਿਹੜੀ ਦੁਕਾਨ ਤੋਂ ਮੈਂ ਕੱਪੜੇ ਚੇਂਜ ਕਰਨੇ ਉਥੇ ਦੁੱਧ ਤੇ ਕੱਪੜੇ ਪਾਪਾ ਨੇ ਛੱਡ ਆਉਂਦੇ ਹੀ ਅੱਛਾ ਤੇ ਉਥੇ ਆਣ ਕੇ ਮੈਂ ਉਹ ਸਕੂਲ ਵਾਲੇ ਕੱਪੜੇ ਲਾ ਕੇ ਦੁੱਧ ਪੀ ਕੇ ਖਾੜੇ ਵਾਲੇ ਕੱਪੜੇ ਲੈ ਕੇ ਫਿਰ 5-6 ਕਿਲੋਮੀਟਰ ਉਥੋਂ ਖਾੜਾ ਹੀ ਫਿਰ ਵਾਪਸ ਤੇ ਜਾਣਾ ਉਥੇ ਅੱਛਾ ਫਿਰ ਖਾੜੇੋਂ ਮੈਂ ਜੋਰ ਕਰਕੇ ਫਿਰ ਵਾਪਸ ਕਿੰਨੀ ਕਿ ਮਿਹਨਤ ਕੀਤੀ ਬਾਈ ਮਿਹਨਤ ਬੜੀ ਆਪਾਂ ਕੀ ਆ ਵੀ ਠੀਕ ਐ ਮੈਂ ਮੁਸ਼ੱਕਤ ਬੜੀ ਕੀਤੀ ਆ ਪੀ ਆਪਾਂ ਬੜੇ ਥੱਲੇ ਲੋ ਲੋ ਲੈਵਲ ਤੋਂ ਉੱਠੇ ਆ ਤੇ ਇਹ ਨਹੀਂ ਵੀ ਬੜਾ ਵੀ ਪਹਿਲਾਂ ਸੀਗਾ ਵੀ ਪਹਿਲਾਂ ਵੀ ਚੀਜ਼ਾਂ ਲਈ ਤਰਸਦੇ ਸੀ ਹਾਂ ਸਹੀ ਗੱਲ ਹੈ ਭਾਈ ਕਿਉਂਕਿ ਇਹ ਇੱਕ ਹੁੰਦਾ ਬੰਦੇ ਨੂੰ ਵੀ ਚੱਲ ਨਹੀਂ ਮੇਰੇ ਤੋਂ ਹੈਗਾ ਸਭ ਕੁਝ ਆਪਣੇ ਤੋਂ ਕੁਝ ਨਹੀਂ ਆਪਾਂ ਨੂੰ ਸਭ ਕੁਝ ਪਲਵਾਨੀ ਨਹੀਂ ਦਿੰਦਾ ਉਹ ਸਮਝ ਆਦਾ ਹੁੰਦਾ ਹਾਂ ਜੀ ਕਿਦਾਰੇ ਦਿਨ ਸੀਗੇ ਦਿਨ ਕੀ ਆ ਵੀ ਦਿਨ ਸਾਰੇ ਚੇਤੇ ਰਹਿੰਦੇ ਬੰਦੇ ਨੂੰ ਮਾੜੇ ਵੀ ਚੰਗੇ ਵੀ ਮਾੜੇ ਟਾਈਮ ਤੇ ਕੋਈ ਨਹੀਂ ਖੜਦਾ ਕੋਈ ਆਪਣਾ ਰਿਸ਼ਤੇਦਾਰ ਕੋਈ ਆਪਣਾ ਯਾਰ ਦੋਸਤ ਕੋਈ ਵੀ ਸਗੋਂ ਇਹ ਗੱਲ ਕਹਿੰਦੇ ਲੈ ਇੰਨਾ ਤੋਂ ਕੀ ਇੰਨਾ ਕੀ ਕਰਨ ਤੇ ਜਿੱਦ ਦਿਨ ਆਪਣੀ ਚੜ੍ਹਾਈ ਹੋ ਜਾਂਦੀ ਜਿਹੜਾ ਆਪਾਂ ਨੂੰ ਜਾਣਦਾ ਵੀ ਨਹੀਂ ਉਹ ਵੀ ਕਹਿੰਦਾ ਮੈਂ ਵੀ ਤੁਹਾਡਾ ਰਿਸ਼ਤੇਦਾਰ ਹਾਂ ਹੂੰ ਨਿਸ਼ਾਨੇ ਪਛਾਨ ਉਹ ਗੱਲਿਆ ਹੂੰ ਚੜਦੀ ਇਹ ਸੂਰਜ ਨੂੰ ਸਲਾਮਾਂ ਹੀ ਸਲਾਮਾਂ ਹੂੰ ਲੈਂਦੇ ਨੂੰ ਕੋਈ ਨਹੀਂ ਪੁੱਛਦਾ ਲੈਂਦੇ ਨੂੰ ਸਿਖਾਤਾ ਜ਼ਿੰਦਗੀ ਨੇ ਬੜਾ ਹੈ ਜ਼ਿੰਦਗੀ ਨੇ ਸਿਖਾਤਾ ਖਾੜੇ ਨੇ ਪਹਿਲਵਾਨੀ ਦੇ ਨਾਮ ਨਾਲ ਜਿੰਦਗੀ ਤੱਕ ਹੌਲ ਵੀ ਸਿਖਾਤਾ ਹਾਂ ਹਾਂ ਹੌਲ ਸਿਖਾਤਾ ਠੀਕ ਹੈ ਬੰਦੇ ਜ਼ਿੰਦਗੀ ਵੀ ਕੋਲ ਹੈ ਇੱਕ ਕੋਲਿਆ ਜ਼ਿੰਦਗੀ ਕੋਲ ਹੈ ਜਿਹੜਾ ਆਪਾਂ ਜ਼ਿੰਦਗੀ ਨਹੀਂ ਕੋਲਦੇ ਆ ਕੋਲ ਤੇ ਜ਼ਿੰਦਗੀ ਕਰਕੇ ਦੇ ਆ ਹਾਂ ਅਹ ਤੋ ਇਹ ਕੀ ਆ ਵੀ ਬੰਦੇ ਨੂੰ ਹੌਲੀ ਹੌਲੀ ਸਾਰਾ ਪਤਾ ਲੱਗਦਾ ਰਹਿੰਦਾ ਏ ਕਹਿੰਦੇ ਵੀ ਜਿੰਨਾ ਚਿਰ ਬੰਦਾ ਠੋਕਰ ਨਹੀਂ ਨਾ ਖਾਂਦਾ ਉਹਨੂੰ ਮਤ ਨਹੀਂ ਆਉਂਦੀ ਆਪਾਂ ਜਿਵੇਂ ਠੋਕਰਾਂ ਖਾਦੀਆਂ ਕਿੰਨੇ ਮਾੜੀਆਂ ਕੀਤੀਆਂ ਕਿੰਨੇ ਕਿਦਾਂ ਕੀਤਾ ਪਰ ਕੀ ਆ ਵੀ ਆਪਾਂ ਅੱਜ ਵੀ ਬਰਕਰਾਰ ਆ ਤੇ ਮਹਾਰਾਜ ਗਾਵੇਂ ਬਰਕਰਾਰ ਰਹੂ ਉਹ ਅੱਜ ਨਾ ਕੱਲ ਲੱਭੇ ਨਾ ਅੱਜ ਲੱਭੇ ਨਾ ਉਹਨਾਂ ਲੱਭਣ ਸੱਟ ਹੋ ਗਈ ਰਿਕਵਰ ਹਾਂ ਸੱਟ ਹੁਣ ਠੀਕ ਹੈ ਹੁਣ ਫੇ ਮਤਲਬ ਪਟਾਕੇ ਪੈਣਗੇ ਹਾਂ ਪਟਾਕੇ ਹੁਣ ਆਗਲਾ ਸੀਜ਼ਨ ਆਉਂਦਿਆ ਵੇਖੋ ਲਗਰਸ ਸਿਆਲ ਤੱਕੜਾ ਹਾਂ ਸਿਆਲ ਤੋਂ ਬਾਅਦ ਚ ਆਪਾਂ ਪੂਰੀ ਧੂਪਾਵਾਂਗੇ ਵਧੀਆ ਕੁਸ਼ਤੀਆਂ ਟੌਪ ਦੀਆਂ ਅੱਛਾ ਹਾਂ ਜਿਹੜੀ ਕਿਸੇ ਨੂੰ ਵਹਿਮ ਵੀ ਸੀ ਉਹ ਵੀ ਸਾਰੇ ਦੂਰ ਕਰ ਦਾਂਗੇ ਹੂੰ ਧਰਮਿੰਦਰ ਤੇ ਧਰਮਿੰਦਰ ਹੀ ਐ ਧਰਮਿੰਦਰ ਬਾਲੀਵੁੱਡ ਵਾਲਾ ਤੇ ਮਿੰਦਰ ਵੀ ਇੱਕ ਨੰਬਰ ਆ ਤੇ ਕੁਸ਼ਤੀ ਵਾਲਾ ਕੁਸ਼ਤੀ ਵਾਲਾ ਵੀ ਇੱਕ ਨੰਬਰ ਹੀ ਐ ਵਹਿਮ ਹੁੰਦੇ ਨੇ ਬਾਈ ਪਹੁੰਚ ਜਾਂਦੀ ਐ ਲਿਸਟ ਤੁਹਾਡੇ ਤੋਂ ਕੋਈ ਫਲਾਣੇ ਨੇ ਫਲਾਣਾ ਵਹਿਮ ਪਾਲ ਰੱਖਿਆ ਹਾਂ ਵਹਿਮਾਂ ਦੀ ਵੀ ਗੱਲਾਂ ਦੀ ਖਾਸ ਕਰਕੇ ਵਹਿਮ ਤੋਂ ਘੱਟ ਗੱਲਾਂ ਹੁੰਦੀਆਂ ਆਪਾਂ ਨੂੰ ਅੱਛਾ ਵਹਿਮ ਕਿਸੇ ਦਾ ਘੱਟ ਚੁੱਪਦਾ ਗੱਲਾਂ ਜਿਆਦੀਆਂ ਚੁੱਪਦੀਆਂ ਹੂੰ ਯਾਰ ਜੇ ਬੰਦਾ ਕੋਈ ਗੱਲ ਕਰਦਾ ਨਾ ਇੱਕ ਬੰਦਾ ਹੀ ਉਹਨੇ ਨਾ ਗੱਲ ਕਰਤੀ ਸਾਡੇ ਮੰਨ ਲਾ ਵੀ ਆਂਦਾ ਏ ਤਾੜੀਆਂ ਵੱਜੀਆਂ ਤੇ ਉੱਡ ਗਿਆ ਇਹ ਲੱਭੇ ਹੀ ਨਹੀਂ ਇਹ ਹੂੰ ਹੂੰ ਮਾਹ ਚੱਲ ਠੀਕ ਐ ਮਾਹ ਅਹੀਂ ਨਹੀਂ ਉੱਡਣ ਵਾਲੇ ਅਹੀਂ ਲੱਭਾਂਗੇ ਇੱਥੇ ਖਲੋਤੇ ਆਂ ਇੱਥੇ ਰਵਾਂਗੇ ਹੂੰ ਤੇ ਤੂੰ ਲੱਭ ਕੇ ਵਿਖਾਵੀ ਮੈਨੂੰ ਹੂੰ ਇੱਥੋਂ ਤੱਕ ਅਹੀਂ ਬਣਾਈ ਵੀ ਆ ਪਿਓ ਹੂੰ ਤੁਹਾਨੂੰ ਗੱਲਾਂ ਕਰਦੇ ਇਸ ਗੱਲ ਦਾ ਦੁੱਖ ਹੁੰਦਾ ਵੀ ਆ ਆਪਣੇ ਆਪ ਦਾ ਦੁੱਖ ਹੁੰਦਾ ਚਲੋ ਬਾਕੀ ਇਹ ਆ ਮੈਂ ਤੇ ਇੱਕ ਗੱਲ ਉਹ ਸਿੱਧੂ ਮੂਸੇਵਾਲਾ ਦਾ ਡੈਡੀ ਜਿਹੜੀ ਕਰਦਾ ਹੁੰਦਾ ਹੂੰ ਉਹ ਕਹਿੰਦਾ ਵੀ ਕਹਿੰਦਾ ਵੀ ਜੇ ਇੰਨੇ ਚ ਖੜਾ ਛੁੱਟ ਗਿਆ ਹੋਰ ਕੀ ਚਾਹੀਦਾ ਹੂੰ ਤੇ ਮੈਂ ਤੇ ਇਹ ਕਹਿੰਦਾ ਵੀ ਚਲੋ ਜਿਹਦੇ ਤੋਂ ਜਿੱਦਾਂ ਦਾ ਬੰਦਾ ਖੜਾ ਛੁੱਟ ਗਿਆ ਚਲੋ ਵਧੀਆ ਗੱਲ ਹੈ ਜਿਹੜਾ ਮਾੜਾ ਉਹ ਅੱਜ ਵੀ ਮਾੜਾ ਉਹਨੇ ਹੋਰ ਦੋਵਾਂ ਸਾਲਾਂ ਨੂੰ ਵੀ ਇਹੋ ਕੋਈ ਕਰਨਾ ਹੈ ਹਾਂ ਚਵਾਂ ਨੂੰ ਇਹੋ ਕੁਝ ਕਰਨਾ ਹੈ ਹੂੰ ਤੇ ਅੱਜ ਹੋ ਜੇ ਤੇ ਉਹ ਚੰਗਾ ਸਗੋ ਕੀ ਤਮੰਨਾ ਲਾਈਫ ਚ ਵੀ ਆ ਚੀਜ਼ਾਂ ਹਜੇ ਕਰਨੀਆਂ ਅਜੇ ਮੈਨੂੰ ਦੇ ਕੇ ਆ ਵੀ ਪਹਿਲਵਾਨੀ ਹੂੰ ਆਪਣੀ ਨੂੰ ਇੱਕ ਨੰਬਰ ਤੇ ਰੱਖਾਂ ਹੂੰ ਤੇ ਬਾਕੀ ਕੀ ਹੈ ਬਿ ਜੋਸ਼ ਹਾਂ ਗਿਆ ਹੂੰ ਉਹ ਤੇ ਚਲੋ ਪੂਰੇ ਕਰੀ ਜਾਂਦੇ ਆ ਕਿਉਂਕਿ ਜ਼ਿੰਦਗੀ ਦੇ ਵਿੱਚ ਇਹ ਵੀ ਨਹੀਂ ਆ ਵੀ ਬੰਦਾ ਪੈਸਾ ਕਮਾ ਲੇ ਤੇ ਸ਼ੌਂਕ ਉਹਨਾ ਪੂਰੇ ਕਰੇ ਹੁਣ ਕਈਆਂ ਤੋਂ ਪੈਸਾ ਸ਼ੌਂਕ ਹੀ ਕੋਈ ਨਹੀਂ ਉੱਥੇ ਘਰੇ ਬੈਠੇ ਰਹਿਣਾ ਕੋਈ ਫਾਇਦਾ ਨਹੀਂ ਜੇ ਠੀਕ ਹੈ ਜੇ ਰੱਬ ਨੇ ਦਿੱਤਾ ਤੇ ਉਹਨੂੰ ਵਰਤੋ ਹੂੰ ਇਹ ਨਹੀਂ ਵੀ ਪੈਸਾ ਜੋੜੀ ਜਾਓ ਜੁੜੀ ਜਾਓ ਬੰਦੇ ਦਾ ਇੱਕ ਮਿੰਟ ਦਾ ਯਕੀਨ ਨਹੀਂ ਹੂੰ ਠੀਕ ਹੈ ਆਪਣਾ ਆਪਣੀ ਉਨੇ ਹੈ ਵੀ ਚਾਦਰ 'ਚ ਪੈਰ ਓਨੇ ਕ ਬਸਾਰੋ ਜਿੰਨੇ ਜੋਗੇ ਹੂੰ ਜਿੰਨੇ ਜੋਗੇ ਆ ਉਸ ਹਾਵਣਾ ਚੱਲੀ ਜਾਓ ਉਸ ਹਾਵਣਾ ਆਪਣੇ ਸ਼ੌਂਕ ਵੀ ਪੂਰੇ ਕਰੋ ਹੂੰ ਆਪਣਾ ਸਭ ਕੁਝ ਆਪਣਾ ਬਿਜ਼ਨਸ ਵੀ ਜੋ ਮੰਨ ਲਓ ਕਰਨਾ ਚਾਹੇ ਆਪਾਂ ਕੋਈ ਕੀਚੇ ਇਨਵੈਸਟ ਕਰਨਾ ਪਿਆਾ ਕੁਝ ਵੀ ਕਰਨਾ ਚਾਹੇ ਆਪਾਂ ਕੱਲ ਨੂੰ ਪਤਾ ਵੀ ਮੈਂ ਹੁਣ ਪਲਵਾਨੀ ਇੰਨਾ ਚਿਰ ਹੀ ਕਰ ਸਕਦਾ ਹੂੰ ਮੇਰੇ ਤੋਂ ਜੇ ਜੌਬ ਨਹੀਂ ਹੈ ਮੈਂ ਕੀ ਕਰਨਾ ਹੂੰ ਜੇ ਉਹ ਵੀ ਆਪਣਾ ਸਾਰਾ ਧਿਆਨ ਰੱਖੋ ਇਹ ਨਹੀਂ ਵੀ ਅੱਜ ਮੈਂ ਗੱਡੀਆਂ ਲਈ ਫਿਰਦਾ ਸਭ ਕੁਝ ਕੱਲ ਨੂੰ ਪਲਵਾਨੀ ਛੱਡ ਕੇ ਤੇ ਸਭ ਕੁਝ ਓਟੇ ਜੀ ਹੂੰ ਲੋਕਾ ਕਹਿਣਾ ਲੈ ਕੇ ਕੀਤਾ ਹੀ ਹੋਇਆ ਬਹੁਤਿਆਂ ਨਾਲ ਇਦਾਂ ਬਹੁਤ ਇਦਾਂ ਹੋਇਆ ਜਦੋਂ ਪੈਸਾ ਆਇਆ ਉਹੋ ਖਰਚੰਦਾ ਹਿਸਾਬ ਨਹੀਂ ਖਰਚੰਦਾ ਵੀ ਹਿਸਾਬ ਨਹੀਂ ਆਇਆ ਦੁਨੀਆ ਵੀ ਪਿੱਛੀ ਹੋ ਗਈ ਯਾਰ ਦੋਸਤ ਵੀ ਨਾਲ ਬਣ ਗਏ ਉਹ ਬੰਦੇ ਨੂੰ ਲੱਗਾ ਮੈਂ ਗੱਲ ਤੇ ਮੇਰੀ ਸਾਰੀ ਹੂੰ ਉਹ ਜਿੱਦ ਦਿਨ ਬੰਦੇ ਦੀ ਚੜ੍ਹਾਈ ਉੱਤਰ ਗਈ ਇੱਥੋਂ ਪੈਸਾ ਆਉਣਾ ਖਤਮ ਹੋ ਗਿਆ ਯਾਰ ਦੋਸਤ ਵੀ ਨਹੀਂ ਲੱਭੇ ਤੇ ਉਹ ਫਿਰ ਰੋਂਦੇ ਬੰਦੇ ਹੂੰ ਯਾਰ ਉਹਦਾਂ ਸੋਚਿਆ ਹੁੰਦਾ ਮੈਂ ਕੁਝ ਕੀਤਾ ਹੁੰਦਾ ਅੱਛਾ ਧਮਿੰਦਰ ਪਹਿਲਵਾਨ ਜਿਵੇਂ ਤੁਹਾਡਾ ਨਾਮ ਹੈ ਧਮਿੰਦਰ ਕੋਹਾਲੀ ਆਪਣੀ ਕੁਸ਼ਤੀਆਂ ਲਈ ਵੀ ਮਸ਼ਹੂਰ ਹੈ ਇਸ ਸਾਲ ਦੇ ਵਿੱਚ ਦੋ ਦੋ ਤਿੰਨ ਦਿਨ ਗੱਡੀਆਂ ਬਦਲਣ ਲਈ ਵੀ ਮਸ਼ਹੂਰ ਹੈ ਗੱਡੀਆਂ ਦਾ ਭਾਈ ਐਦਾਂ ਵੀ ਚਲੋ ਐਦਾਂ ਵੀ ਸ਼ੌਂਕ ਹੈੜਾ ਕਿਹੜਾ ਕੀੜਾ ਮੰਚ ਕੀ ਤਿੰਨ ਮਹੀਨੇ ਬਾਅਦ ਨਵੀਂ ਗੱਡੀ ਕਦੀ ਫਾਰਚੂਨਰ ਆ ਗਈ ਕਦੀ ਕੋਈ ਆ ਗਈ ਨਹੀਂ ਗੱਡੀ ਤੇ ਐਦਾਂ ਚਲੋ ਠੀਕ ਹੈ ਸ਼ੌਂਕ ਹੀ ਹਾਂ ਵੀ ਗੱਡੀ ਵਧੀਆ ਚੰਗੀ ਰੱਖੀ ਹੈ ਆਪਾਂ ਤਾਂ ਕਰਕੇ ਲਈਆਂ ਇੱਕ ਦੋ ਫਿਰ ਵੇਚ ਕੇ ਵੀ ਲੈ ਲਵੀਆਂ ਲੈ ਲੀਆਂ ਹਾਂ ਕੋਈ ਨਹੀਂ ਮਾਰਾਈ ਨੇ ਜੇ ਦਿੱਤਾ ਹੈ ਤੇ ਫਿਰ ਕੀ ਹੋ ਗਿਆ ਹਾਂ ਖਾਣਾ ਤੇ ਪੀਣਾ ਤੇ ਪਾਉਣਾ ਵੀ ਹੈ ਹਾਂ ਜੇ ਨਾ ਹੁੰਦਾ ਤੇ ਫਿਰ ਵੀ ਟਾਈਮ ਕੱਟੇ ਗੱਡੀਆਂ ਆਪਣੇ ਘੋੜੇ ਅੱਜ ਦੇ ਦੌਰ ਦੇ ਘੋੜੇ ਤਗੜੇ ਹੋਣਗੇ ਤਾਂ ਚੋਬਰ ਤਗੜੇ ਹੋਣਗੇ ਚੋਬਰ ਤਗੜੇ ਹੋਣਗੇ ਪੰਜਾਉਂਦੇ ਨੇ ਅਸੀਂ ਸ਼ਿੰਝਾਂ ਤੇ ਅੱਧੀ ਅੱਧੀ ਰਾਤ ਨੂੰ ਲੈ ਕੇ ਵੀ ਇਹੀ ਆਉਂਦੇ ਆਂ ਹਾਂ ਲੈ ਕੇ ਵੀ ਇਹੋ ਹੁੰਦੀਆਂ ਹਾਂ ਕਿਉਂਕਿ ਜੇ ਆਪਣੀ ਤਾਂ ਵਧੀਆ ਗੱਡੀ ਆ ਸੇਫਟੀ ਵੀ ਵਧੀਆ ਆਪਣੀ ਹਾਂ ਤੇ ਇੱਕ ਬੰਦੇ ਦੀ ਕੀ ਹੁੰਦਾ ਵੀ ਜੇ ਕੋਈ ਬੰਦੇ ਦੀ ਰੈਪੋ ਵੀ ਹੁੰਦੀ ਹੈ ਹੂੰ ਯਾਰ ਜੇ ਇਹ ਪਲਵਾਨਾਂ ਪਲਵਾਨ ਆ ਕੋਈ ਵੀ ਠੀਕ ਆ ਵਧੀਆ ਯਾਰੇ ਤੇ ਲੀਡਾ ਕਪੜਾ ਵਧੀਆ ਗੱਡੀ ਦੇ ਕੋਲ ਵਧੀਆ ਐ ਹੂੰ ਬੰਦੇ ਦਾ ਕੋਈ ਠੀਕ ਆ ਲੈਵਲ ਵੀ ਹੁੰਦਾ ਜੇ ਬੰਦਾ ਇਦਾਂ ਗੱਡੀ ਵੀ ਮਾੜੀ ਫਿਰ ਉਹ ਵੇਖਣ ਵਾਲਾ ਕਹਿੰਦਾ ਵੀ ਯਾਰ ਕੀ ਕੀਤਾ ਤੂੰ ਕਮਾਈ ਕਰਕੇ ਕੀਤਾ ਵੀ ਆ ਫਾਇਦਾ ਬਚਾ ਕੇ ਵੀ ਕੀਤਾ ਹੈ ਬਚਾ ਕੇ ਮੈਂ ਕੀਤਾ ਕੀ ਤੂੰ ਜੇ ਫਿਰ ਕੁਝ ਕਰਨਾ ਹੀ ਨਹੀਂ ਸੀ ਜ਼ਿੰਦਗੀ ਚ ਸਹੀ ਉਹ ਫਿਰ ਤੂੰ ਕੀ ਫਾਇਦਾ ਹੈ ਉਹ ਗੁਜ਼ਾਰਾ ਕਰੀ ਜਾਂਦਾ ਜਾਂ ਤਾਂ ਤੁਹਾਡਾ ਦੰਗਲ ਚ ਸਮਾਂ ਲੰਘਦਾ ਜਾਂ ਗੱਡੀਆਂ ਚ ਲੰਘਦਾ ਹਾਂਜੀ ਇਹ ਆ ਵੀ ਚਲੋ ਠੀਕ ਹੈ ਆਪਾਂ ਘੁੰਮ ਫਿਰ ਵੀ ਲਈਦਾ ਵਾ ਤੇ ਪਹਿਲਵਾਨੀ ਵੀ ਕਰੀ ਦੀ ਆ ਟਿਕਟੂਕਿਆਂ ਵਾਲਾ ਬੜਾ ਰੋਲਾ ਪੈ ਗਿਆ ਕੁਸ਼ਤੀ ਚ ਹਾਂ ਭਾਜੀ ਇਹ ਕਾਫੀ ਆ ਚਲੋ ਨਾ ਇਹਦੇ ਵਿੱਚ ਕੀ ਹੈ ਨਾ ਨਵੇਂ ਮੁੰਡੇ ਥੋੜੇ ਜਿਹੀ ਗਲਤੀਆਂ ਉਹ ਲਾਲੋ ਜੀ ਕੋਈ ਪਲਵਾਨ ਬਣਿਆ ਨਾ ਅਸੀਂ ਵੀ ਬਣੇ ਆ ਅਸੀਂ ਲਾਲੋ ਵੀ ਰਾਤੋਂ ਦਿਨੇ ਨਹੀਂ ਬਣ ਗਏ ਹੂੰ ਹੁਣ ਲੋਕਾਂ ਦੇ ਵਿੱਚ ਕੀ ਆ ਵੀ ਇਹ ਕੀੜਾ ਆ ਗਿਆ ਵੀ ਰਾਤੋਂ ਦਿਨ ਨਾ ਚੜੇ ਮੈਂ ਪਲਵਾਨ ਬਣ ਜਾ ਫਿਰ ਜਿੰਨੀ ਛੇਤੀ ਬੰਦਾ ਤਾਂ ਜਉ ਉਨੀ ਛੇਤੀ ਠਾਓ ਫਿਰ ਇਦਾਂ ਹੀ ਆ ਸਾਲ ਚਾਉਂਦੇ ਤੇ ਸਾਲ ਚ ਲੱਭਦੇ ਨਹੀਂ ਹੂੰ ਕਿਉਂਕਿ ਜਿੰਦਗੀ ਦਾ ਤਜਰਬਾ ਹੁੰਦਾ ਬੰਦੇ ਦਾ ਹੌਲੀ ਹੌਲੀ ਮਿਹਨਤ ਕਰੋ ਤਜਰਬਾ ਆਵੇ ਤੁਸੀਂ ਪਲਵਾਨੀ ਦਾ ਤੁਹਾਨੂੰ ਟਾਡੇ ਤੇ ਸਾਰੇ ਦਿਨ ਆਉਣਗੇ ਹੂੰ ਪਰ ਲੋਕ ਕਹਿੰਦੇ ਨਹੀਂ ਦੇਣ ਆਪਾਂ ਇਹੋ ਹੀ ਲਿਆਉਣੇ ਸ਼ਾਰਟਕਟ ਸ਼ਾਰਟਕਟ ਵੀ ਨਹੀਂ ਵੀ ਦਿਨ ਨੂੰ ਮੈਂ ਇੱਥੇ ਹੋਵਾਂ ਹੂੰ ਇਹ ਫਿਰ ਗੱਲ ਤੇ ਗਲਤੀ ਹੈ ਮੈਂ ਆਉਂਦੀ ਪਾਵਰ ਸਰੀਰ ਤੇ ਜੀ ਕੀ ਭਲੇਖਾਈ ਹੈ ਭਾਜੀ ਇਹ ਭਲੇਖਾ ਹੈ ਇਹ ਅੱਜ ਤੱਕ ਮੰਨ ਲਓ ਜੇ ਹੁਣ ਕਹਿੰਦੇ ਆ ਵੀ ਕੋਈ ਬੰਦੇ ਇਹ ਜੀ ਇਦਾਂ ਪਾਵਰ ਆ ਜਾਂਦੀ ਹੈ ਤੇ ਫਿਰ ਮੰਨ ਲਓ ਮੈਨੂੰ ਪਤਾ ਤੇ ਮੈਂ ਤੇ ਸਾਰੇ ਪਲਵਾਨ ਬਣਾ ਲਾਂ ਆਪਦੇ ਰਿਸ਼ਤੇਦਾਰ ਵੀ ਬਣਾ ਲਾਂ ਆਪਦੇ ਭਰਾ ਵੀ ਬਣਾ ਲਾਂ ਕਿ ਸਭ ਅਹੀਂ ਤਕੜੇ ਹੋ ਜੰਨੇ ਸਾਰੇ ਹੋਰ ਕਿਸੇ ਨੂੰ ਤਕੜਾ ਹੀ ਨਾ ਹੁੰਦੀ ਹੂੰ ਕਦੀ ਬਣਿਆ ਇਦਾਂ ਇਹ ਲਾ ਲਓ ਵੀ ਪਲਵਾਨ ਬਨਣਾ ਕੋਈ ਮਾੜੀ ਮੋਟੀ ਗੱਲ ਨਹੀਂ ਹੁੰਦੀ ਉਹਦੀ ਕੋਈ ਆਪਣੀ ਭਗਤੀ ਹੋਵੇ ਚਾਹ ਕੋਈ ਉਹਦੇ ਮਾਂ ਪਿਓ ਦੀ ਭਗਤੀ ਹੋਵੇ ਬੜਾ ਰੱਬ ਦੀ ਮਿਹਰ ਹੋਵੇ ਕਿਸੇ ਬੰਦੇ ਤੇ ਉਹ ਪਲਵਾਨ ਬਣਦਾ ਕਿਉਂਕਿ ਆਪਾਂ ਛਿੰਜ ਦੇ ਵਿੱਚ ਜਾਣਦੇ ਆ ਕਿੰਨੀ 1 ਮਹੀਨਾ 2 ਮਹੀਨੇ ਪਹਿਲਾਂ ਹੀ ਆ ਵੀ ਯਾਰ ਫਲਾਣੇ ਬੰਦੇ ਆਪਣੇ ਪਿੰਡ ਆਉਣਾ ਹੂੰ ਫਿਰ ਕਿੰਨੀ ਦੁਨੀਆ ਨੂੰ ਵੇਖਣ ਲਈ ਬਾਹਰ ਖਲੋਤੀ ਆ ਹੂੰ ਉਹ ਕੋਈ ਮਹਾਰਾਜ ਦਾ ਹਾਥੀ ਹੋਵੇ ਤੇ ਉਹ ਹੀ ਬਣਦਾ ਨਹੀਂ ਦੁਨੀਆ ਪਹਿਲਵਾਨਾਂ ਚ ਰੱਬ ਨੂੰ ਵੀ ਦੇਖਦੀ ਆ ਰੱਬ ਨੂੰ ਦੇਖਦੀ ਆ ਪਹਿਲਵਾਨ ਨੂੰ ਬੜਾ ਫਕੀਰ ਮੰਨਦੀ ਆ ਆਪਦੇ ਛੋਟੇ ਜਿਹਾਕਾਂ ਦੇ ਮੱਥੇ ਟਿਕਾਉਂਦੀ ਆ ਹਾਂਜੀ ਆ ਖਾੜੇ ਦੀ ਮਿੱਟੀ ਸੰ ਨੂੰ ਲਵਾਉਂਦੀ ਆ ਹਾਂ ਮਿੱਟੀ ਲਾਉਂਦੀ ਆ ਫਿਰ ਲੋਕ ਸੁਖ ਕੇ ਵੀ ਜਾਂਦੇ ਆ ਵੀ ਅਸੀਂ ਛੇਂਜ ਚਾ ਮਤਲਬ ਝੰਡੀ ਕਰਾਵਾਂਗੇ ਜਾਂ ਅਸੀਂ ਛੇਂਜ ਕਰਾਵਾਂਗੇ ਸਾਡੇ ਘਰੇ ਮਹਾਰਾਜ ਤੁਸੀਂ ਬਾਦ ਬਖਸ਼ੋ ਤੇ ਉਹ ਪੂਰੀਆਂ ਵੀ ਹੁੰਦੀਆਂ ਹੈ ਹੈ ਤਜਰਬਾ ਤੁਹਾਡਾ ਕਿ ਤੁਹਾਡੇ ਤੁਰ ਅਰਦਾਸ ਕਿਸੇ ਨੇ ਕਰਾਈ ਹੋਵੇ ਆ ਤੇ ਵਾਕਈ ਕਿਉਂਕਿ ਜਿਹ ਜੇਸ ਵਕਤ ਤੁਸੀਂ ਲੰਗੋਟੇ ਚੋਂ ਤੇ ਉਸ ਵਕਤ ਤੁਸੀਂ ਕਾਫੀ ਪਵਿੱਤਰ ਹੋ ਜਿਹੜਾ ਬੰਦਾ ਕਹਿੰਦੇ ਗੱਲ ਪਹਿਲਵਾਨ ਖਾਸ ਕਰ ਗੱਲ ਕਹਿ ਦੇਵੇ ਤਾਂ ਪੂਰੀ ਹੁੰਦੀ ਹਾਂ ਕਿਉਂਕਿ ਪਹਿਲਵਾਨ ਲਾਲੋ ਭਾਈ ਇੱਕ ਤਪੱਸਿਆ ਕੀਤੀ ਆ ਕੋਈ ਪਹਿਲਵਾਨ ਇਹ ਥੋੜਾ ਵੀ ਇਦਾਂ ਬਣ ਗਿਆ ਤਪੱਸਿਆ ਕਰਨੀ ਆ ਲਾਲੋ ਭਾਵਾਂ ਠੰਡਿਆ ਭਾਵਾਂ ਗਰਮੀ ਆ ਭਾਵਾਂ ਸਿਆਲ ਆ ਭਾਵਾਂ ਕੁਝ ਵੀ ਬੰਦਾ ਇੱਕ ਤਪੱਸਿਆ ਕਰਦਾ ਸਵੇਰੇ ਉੱਠ ਕੇ ਨੱਕ ਨਾਲ ਕੀੜਾ ਕੱਢਣ ਵਾਲਾ ਹਸਾਬ ਆ ਮੁਰਗਾ ਦਿਨਯਮੀਤਾਪ ਕਰਨਾਂ ਤੇ ਸ਼ਾਰਮੂ ਨਹੀਂ ਤਾਂਪ ਕਰਨਾ ਤੇ ਭਗਤੀ ਆ ਉਹ ਬੰਦੇ ਦੀ ਮੰਨ ਲਓ ਭਗਤੀ ਮਹਾਰਾ ਹੀ ਕਿਉਂ ਨਾ ਸੁਣੇ ਹੂੰ ਇਹ ਗੱਲ ਆ ਬਾਕੀ ਕੀ ਹੁੰਦਾ ਬੰਦੇ ਚਲੋ ਜ਼ਿੰਦਗੀ ਹੁੰਦੀ ਹਰ ਕਿਸੇ ਦੀ ਆਪੋ ਆਪਣੀ ਘੁੰਮਣਾ ਫਿਰਨਾ ਉਹ ਹਰ ਕਿਸੇ ਦਾ ਆਪਣਾ ਮੈਟੜੇ ਹੂੰ ਪਲਵਾਨੀ ਬਾਰੇ ਇੱਕ ਵੱਖਰੀ ਚੀਜ਼ ਐ ਜਦੋਂ ਆਪਾਂ ਪਲਵਾਨੀ ਕਰਨਦੇ ਆ ਚਾਹੇ ਪਲਵਾਨੀ ਵਾਲੀ ਜਗ੍ਹਾ ਦੇ ਖਲੋਤੇ ਉਦੋਂ ਆਪਾਂ ਪਵਿੱਤਰ ਹੀ ਉਦੋਂ ਪਵਿੱਤਰ ਹਾਂਜੀ ਉਦੋਂ ਪੂਰੀ ਮਰਿਆਦਾ ਚ ਪੂਰੀ ਮਰਿਆਦਾ ਚ ਹੋਰ ਕੀ ਬਈ ਤੁਸੀਂ ਇੰਨੇ ਦੰਗਲ ਕਮੇਟੀਆਂ ਤੁਹਾਨੂੰ ਸੁਣਦੀਆਂ ਹੁਣ ਕੀ ਕਹਿਣਾ ਚਾਹੁੰਦੇ ਹੋ ਕਿ ਆਹ ਚੀਜ਼ ਆ ਯਾਰ ਵਿਆ ਸਦਾਰ ਵੀ ਆਪਣੇ ਦੰਗਲਾਂ 'ਚ ਇਹ ਚੀਜ਼ਾਂ ਦਾ ਸੁਧਾਰ ਹੋਣਾ ਚਾਹੀਦਾ ਜੇ ਤੁਹਾਨੂੰ ਕਮੇਟੀਆਂ ਸੁਣਦੀਆਂ ਨੇ ਮੈਂ ਹਾਂ ਕਮੇਟੀਆਂ ਨੂੰ ਉਹੀ ਹੈ ਵੀ ਰੂਲ ਰੱਖੋ ਤੁਸੀਂ ਪਹਿਲਵਾਨਾਂ ਦੇ ਮੂੰਹ ਆ ਲੈਣਾ ਵੇਖੋ ਤੁਸੀਂ ਪੈਸੇ ਦੇਣੇ ਆ ਹੂੰ ਆਪਣਾ ਵੇਖੋ ਹੂੰ ਵੀ ਠੀਕ ਹੈ ਭਾਈ 20 ਮਿੰਟ ਅਸੀਂ ਕਲਾਵਾਂਗੇ ਅਸੀਂ ਪੁਆਇੰਟ ਕਰਾਵਾਂਗੇ ਹੂੰ ਅਸੀਂ ਰਿਜ਼ਲਟ ਲੈਣਾ ਜੇ ਆਉਣਾ ਹੈ ਠੀਕ ਹੈ ਨਹੀਂ ਤੇ ਕਟੋ ਉਹ ਕੋਈ ਪਲਵਾਨਾਂ ਦਾ ਨਹੀਂ ਜੀ ਮੈਂ ਪੁਆਇੰਟ ਤੇ ਹੀ ਨਹੀਂ ਖਲੂੰਗਾ ਹੂੰ ਇਹ ਇਹਨਾਂ ਦੋਵਾਂ ਦਾ ਮੈਂ ਪੁਆਇੰਟ ਤੇ ਨਾਲ ਖਲੂੰਗਾ ਤੇ ਫਲਾਨੇ ਨਾਲ ਮੈਂ ਪੁਆਇੰਟ ਤੇ ਵੀ ਖੋਲੂ ਅੱਛਾ ਹੂੰ ਤੇ ਫਿਰ ਉਹ ਕੀ ਆ ਵੀ ਉਹ ਪਲਵਾਨਾਂ ਨੂੰ ਜਦੋਂ ਆਪਾਂ ਇੰਨੀ ਉਹਨਾਂ ਦੀ ਸੁਣ ਲਾ ਪੈਣੀ ਹੈ ਨਾ ਹੂੰ ਫਿਰ ਪੈਸੇ ਵੀ ਆਪਣੇ ਜਾਂਦੇ ਆ ਫਜੂਲੀ ਠੀਕ ਹੈ ਆਪਣਾ ਉਹ ਬਾਈਕ ਮਾਈਂਡ ਸੈਟ ਬਣ ਗਿਆ ਪੁਆਇੰਟ ਤੇ ਹਾਰ ਜਿੱਤ ਨੂੰ ਲੋਕ ਹਾਰ ਜਿੱਤ ਨਹੀਂ ਮੰਨਦੇ ਦਹਾ ਭਾਜੀ ਪੁਆਇੰਟ ਦਾ ਲੋਕ ਕਹਿੰਦੇ ਵੀ ਆ 20 ਮਿੰਟ ਬਰਾਬਰ ਸੀ ਪੁਆਇੰਟ ਤੇ ਮੈਂ ਪੁਆਇੰਟ ਤੇ ਕੁਸ਼ਤੀ ਫਲਾਨਾ ਲੈ ਗਿਆ ਉਹ ਪੁਆਇੰਟ ਉਹਦਾ ਦੁੱਖ ਨਹੀਂ ਮਨਾਉਂਦੇ ਉਹਦਾ ਭਾਜੀ ਕੋਈ ਚੱਕਰ ਨਹੀਂ ਆ ਕਿਉਂਕਿ ਪੁਆਇੰਟ ਇੱਕ ਕੀ ਆ ਵੀ ਥੋੜਾ ਜਿਹਾ ਨਾ ਕਮੇਟੀ ਨੂੰ ਵੀ ਸੰਤੁਸ਼ਟੀ ਹੋ ਜਾਂਦੀ ਹੈ ਵੀ ਆ ਜਿੱਤ ਗਿਆ ਝੰਡੀ ਦੁੱਖ ਪਿੱਠ ਲਈਦਾ ਹੁੰਦਾ ਹਾਂ ਵੀ ਆ ਝੰਡੀ ਜਿੱਤ ਗਿਆ ਚਲੋ ਆ ਹਾਰ ਗਿਆ ਤੇ ਇੱਕ ਨਾਮ ਵੰਡਿਆ ਜਾਂਦਾ ਕਿਉਂਕਿ ਜਿਹੜਾ ਕੋਈ ਨਾਮ ਹੁੰਦਾ ਨਾ ਜੇਤੂ ਨੂੰ ਦੇਣਾ ਹੁੰਦਾ ਹਾਰਨ ਵਾਲਾ ਹਾਰ ਨੂੰ ਦੇਣਾ ਹੁੰਦਾ ਉਹ ਇੱਕ ਤਰੀਕਾ ਹੈ ਅਸਲ ਦੇ ਵਿੱਚ ਪਹਿਲਵਾਨ ਕੁਸ਼ਤੀ ਤੇ ਇਹੋ ਹੀ ਆ ਨਾ ਵੀ ਜਿਹੜਾ ਚਿੱਤ ਕਰੇ ਜਿੱਤ ਘਰੇ ਹਾਂ ਉਹ ਉਹ ਆ ਪੁਆਇੰਟ ਦਾ ਤੇ ਕੋਈ ਚੱਕਰ ਨਹੀਂ ਆ ਬਾਕੀ ਜਿੱਤ ਹਾਰ ਦੀ ਕੋਈ ਪਰਵਾਹ ਨਾ ਕਰੋ ਇਹ ਨਹੀਂ ਵੀ ਮੈਂ ਹੁਣ ਬਣ ਗਿਆ ਮੈਂ ਹਰਨਾ ਹੀ ਨਹੀਂ ਆ ਮੈਂ ਜੇ ਕਿਸੇ ਨੇ ਲੰਮੇ ਪਾ ਲਿਆ ਤੇ ਹੱਥ ਮਾਰੋ ਮੇਰੇ ਸੱਟਾਂ ਲੱਗ ਗਈਆਂ ਐ ਹੋ ਗਿਆ ਠੀਕ ਆ ਘੁਲੋ ਆਪਣਾ ਵਧੀਆ ਘੁਲੋ ਜੇ ਟਹਿ ਜਾਗੇ ਫਿਰ ਵੀ ਕੋਈ ਨਹੀਂ ਇਹ ਕੁਸ਼ਤੀ ਦਾ ਹਿੱਸਾ ਹੈ ਜਿੱਤ ਹਾਰ ਹਮੇਸ਼ਾ ਕਦੀ ਨਹੀਂ ਕਿਸੇ ਬੰਦੇ ਦੀ ਗੁੱਡੀ ਨਹੀਂ ਚੜੀ ਰਹੀ ਕਹਿੰਦੇ ਵੀ ਜਿੱਤ ਹਾਰ ਅੱਜ ਕੱਲ ਪਰਸਨਲ ਦੁਸ਼ਮਣੀਆਂ ਚ ਬਣ ਗਏ ਪਰਸਨਲ ਰੰਜਸ਼ਾਂ ਹੋ ਗਈਆਂ ਤੁਸੀਂ ਫੀਲ ਕਰ ਰਹੇ ਹੋ ਨਾ ਚੀਜ਼ ਹਾਂ ਮੰਨ ਲਓ ਹਾਰ ਬਰਦਾਸ਼ਤ ਹੀ ਨਹੀਂ ਕਰਦੇ। ਵੀ ਇੰਡੀ ਕਿ ਲਾਕਡਾਊਨ ਬਣ ਜਾਂਦੀ ਕੁਸ਼ਤੀ 'ਚ ਵੀ। ਵੀ ਮੈਂ ਹਾਰ ਬਰਦਾਸ਼ਤ ਹੀ ਨਹੀਂ ਕਰ ਸਕਦਾ। ਹੂੰ। ਅਗਲੇ ਨਾਲ ਮੰਨ ਲਓ ਵੀ ਉੱਥੇ ਵੀ ਚੋਂ ਵੀ ਕੁਸ਼ਤੀ ਵੀ ਛੱਡਦੇ ਨਹੀਂ ਮੇਰੇ ਸਾਟ ਲੱਗੀ ਕਈ ਐਵੇਂ ਤੂੰ ਮੈਨੂੰ ਐ ਕਰਤਾ ਔਂ ਕਰਤਾ। ਇੱਕ ਤਾਂ ਤਾਂ ਵੀ ਕਹਾਣੀਆਂ ਸੁਣਨ ਨੂੰ ਮਿਲੀਆਂ ਵਿਖਾੜੇ 'ਚ ਕੁਸ਼ਤੀ ਹਾਰ ਗਏ। ਤਾਂ ਗੱਲ ਨੂੰ ਸਿੱਧੀ ਵੀ ਖਾੜੋਂ ਬਾਹਰ ਮੈਂ ਤੁਹਾਨੂੰ ਦੱਸਾਂਗੇ ਇਦਾਂ ਵੀ ਹੋਈਆਂ ਨਹੀਂ ਸਾਡੇ ਨਾਲ ਨਹੀਂ ਹੋਇਆ ਉਦਾਂ ਕਈ ਵਾਰ ਬੋਰ ਦੇ ਨੂੰ ਕਹਿ ਵੀ ਦਿੰਦੇ ਆ ਵੀ ਤੈਨੂੰ ਵੇਖ ਲਾਂਗੇ ਹਾਂ ਹਾਂ ਬਾਕੀ ਚਲੋ ਇਹੋ ਜਿਹੇ ਤੇ ਕੰਮ ਨਹੀਂ ਪਹਲਵਾਨੀ ਚ ਜਾਗਾ ਨਹੀਂ ਹੋਣਾ ਹਾਂ ਨਾ ਹੈਗਾ ਹੀ ਹੈ ਨਾ ਕਰਤੇ ਹੋਰ ਭਾਈ ਬਹੁਤ ਸਾਰੇ ਗੱਲਾਂ ਕੀਤੀਆਂ ਤੇ ਤੁਹਾਡੇ ਫੈਨ ਤੁਹਾਨੂੰ ਕਿਉਂਕਿ ਸਾਨੂੰ ਲਗਾਤਾਰ ਮੈਸੇਜ ਸੀ ਭਾਈ ਤੁਸੀਂ ਦਰਬਾਈ ਨੂੰ ਜਰੂਰ ਮਿਲੋ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਹੋ ਆਪਦੇ ਫੈਨਸ ਨੂੰ ਮੈਂ ਤੇ ਇਹੋ ਕਹਿਣਾ ਹੈ ਕਿ ਆਪਣੇ ਲਾਲੋ ਵੀ ਜੇ ਕੋਈ ਗੇਮ ਕਰਨੀ ਹੈ ਗੇਮ ਕਰੋ ਜੇ ਕੋਈ ਹੋਰ ਕੰਮ ਕਰਨਾ ਆਪਣਾ ਸੱਚੀ ਨੀਤ ਨਾ ਕਰੋ ਹੂੰ ਦਿਲ ਚ ਖੋਟ ਨਹੀਂ ਰੱਖਣੀ ਕਿਸੇ ਦਾ ਮਾੜਾ ਨਹੀਂ ਸੋਚਣਾ ਨਾ ਕਿਸੇ ਦਾ ਮਾੜਾ ਕਰਨਾ ਹੂੰ ਤੇ ਜੇ ਆਪਾਂ ਮਿਹਨਤ ਕਰਾਂਗੇ ਆਪਾਂ ਨੂੰ ਰੱਬ ਨੇ ਦੇਣਾ ਹੀ ਦੇਣਾ ਸਭ ਕੁਝ ਬਿਲਕੁਲ ਹੂੰ ਤੇ ਆਪਣਾ ਲੱਗੋ ਮਿਹਨਤ ਕਰੋ ਚਾਹੇ ਤੁਹਾਨੂੰ ਪਲਵਾਨੀ ਚ ਨਹੀਂ ਫਲ ਮਿਲੂਗਾ ਹੋਰ ਕਿਤੇ ਮਿਲੂਗਾ ਤੇ ਇੱਕ ਆ ਜਿਹੜੇ ਮੇਰੇ ਵੀਰ ਰਾਤੋਂ ਦੇਣ ਵਾਲੀ ਗੱਲ ਨਾ ਕਰੋ ਹੂੰ ਆਪਣਾ ਥੋੜਾ ਜਿਹਾ ਤਰੀਕੇ ਨਾਲ ਚੱਲੋ ਤੁਹਾਨੂੰ ਪਲਵਾਨੀ ਦਾ ਤਜਰਬਾ ਆਵੇ ਕਿਉਂਕਿ ਜਿੰਨਾ ਚਿਰ ਬੰਦੇ ਚ ਕਲਾ ਨਹੀਂ ਨਾ ਹੈਗੀ ਜੋਰ ਕਿਸੇ ਕੰਮ ਨਹੀਂ ਹੂੰ ਜਦੋਂ ਆਪਾਂ ਚੱਲਾਂਗੇ ਵਧੀਆ ਤਰੀਕੇ ਨਾਲ ਤੇ ਆਪਣੇ ਚ ਕਲਾ ਵੀ ਆਊਗੀ ਆਪਣੇ ਮਾਂ ਪਿਓ ਦੀ ਸੇਵਾ ਕਰੋ ਉਹਨਾਂ ਦਾ ਆਦਰ ਸਤਕਾਰ ਕਰੋ ਤੇ ਆਪਣੇ ਲੱਗੇ ਰਹੋ ਕੋਈ ਚੱਕਰ ਨਹੀਂ ਵਧੀਆ ਬਹੁਤ ਬਹੁਤ ਧੰਨਵਾਦ ਭਾਈ ਬਹੁਤ ਗੱਲਬਾਤ ਕੀਤੀ ਸਤਮਿੰਦਰ ਕੋਹਾਲੀ ਇਹਨਾਂ ਨੂੰ ਮਿਲਣ ਆਏ ਸੀ ਅੱਜ ਪਹਿਲਵਾਨੀ ਬਾਰੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਇਹਨਾਂ ਦੀ ਗੇਮ ਬਾਰੇ ਤੇ ਜ਼ਿੰਦਗੀ ਦੇ ਬਹੁਤ ਸਾਰੇ ਇਹੋ ਜਿਹੇ ਪਹਿਲੂ ਜਿੱਥੇ ਸ਼ਾਇਦ ਆਪਾਂ ਗਲਤੀ ਕਰਦੇ ਆਂ ਉਮੀਦ ਹੈ ਇਸ ਇੰਟਰਵਿਊ ਤੋਂ ਅਸੀਂ ਬਹੁਤ ਕੁਝ ਸਿੱਖਾਂਗੇ ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ ਅਖਰ